ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਟੀਮ ਹੈ ਨਿਊਯਾਰਕ ਤੋਂ ਚੱਲੀ ਹੋਈ ਹੈ, ਕ੍ਰੋਸ ਕੰਟਰੀ ਰੋਡ ਟ੍ਰਿਪ 2019 ਪਾਵਰਡ ਬਾਈ ਸਲਿੰਗ ਉਹ ਚੱਲਦਾ ਆ ਰਿਹਾ। ਇਸ ਤੋਂ ਪਹਿਲਾਂ ਮੁੱਦਾ ਤੁਸੀਂ ਦੇਖਿਆ ਕਾਨਸਸ ਦੇ ਵਿੱਚੋਂ, ਅਤੇ ਅੱਜ ਦਾ ਮੇਰਾ ਪ੍ਰੋਗਰਾਮ ਜਿਹੜਾ ਹੈਗਾ ਜਲਵੇ ਜੱਗੀ ਦੇ, ਜਿਵੇਂ ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀਗਾ, ਮੈਂ ਵੀ ਫਰਿੱਜ ਨੂੰ ਪਹੁੰਚਿਆ ਹੋਇਆ। ਮੈਂ ਕਿਹਾ ਜੀ ਜੇ ਸਾਡੀ ਟੀਮ ਤੁਰੀ ਫਿਰਦੀ ਹੈ ਤਾਂ ਮੈਂ ਟਿੱਕ ਕੇ ਕਿਉਂ ਬੈਠਾ। ਮੈਂ ਵੀ ਸੈਕਰਾਮੈਂਟੋ ਤੋਂ ਅੱਜ ਫਰਿੱਜ ਨੂੰ ਆ ਗਿਆ ਸੀ। ਫਰਿੱਜ ਨੂੰ ਦੇ ਵਿੱਚ ਇੱਥੇ ਸਵੇਰੇ ਬਿੱਕਰ ਬਾਦਸ਼ਾਹ ਵਾਲਾ ਪ੍ਰੋਗਰਾਮ ਵੀ ਰਿਕਾਰਡ ਕੀਤਾ, ਔਰ ਨਾਲ ਦੀ ਨਾਲ ਫਰਿੱਜ ਨੂੰ ਆਉਣ ਦਾ ਇੱਕ ਕਾਰਨ ਇਹ ਹੈ, ਉਹ ਮੈਂ ਵੀ ਉਹਦੇ ਵਿੱਚ ਹੀ ਆ ਜਾਂਦਾ, ਤੁਸੀਂ ਵੀ ਸਾਰੇ ਉਹਦੇ 'ਚ ਆ ਜਾਂਦੇ ਹੋ ਕਿ ਸਾਨੂੰ ਕਈ ਚੀਜ਼ਾਂ ਦਾ ਪਤਾ ਨਹੀਂ। ਜਦੋਂ ਸਾਲ ਨਵਾਂ ਚੜ੍ਹਨ ਲੱਗਦਾ, 2 ਕੁ ਮਹੀਨੇ ਬਾਅਦ ਕਈ ਕੁਛ ਚੇਂਜ ਹੁੰਦਾ। ਉਹਦੇ 'ਚ ਖਾਸ ਤੌਰ 'ਤੇ ਇੰਸ਼ੋਰੈਂਸ ਦੀ ਜੇ ਗੱਲ ਕਰੀਏ ਤਾਂ ਇੰਸ਼ੋਰੈਂਸ ਦੇ ਵਿੱਚ ਵੀ ਕਈ ਚੇਂਜਸ ਆਉਂਦੀਆਂ ਨੇ, ਰਿਨਿਊ ਕਰਾਉਣੀ ਪੈਂਦੀ ਹੈ। ਅਸੀਂ ਨਿਊਯਾਰਕ ਤੋਂ ਜਿਵੇਂ ਮੂਵ ਹੋਏ ਸੀ, ਸਾਨੂੰ ਜ਼ਿਆਦਾ ਇਹਦੀ ਸੋਝੀ ਨਹੀਂ ਸੀ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਇੱਕ ਕਵਰਡ ਕੈਲੀਫੋਰਨੀਆ ਦਾ ਟਾਈਮ ਜਿਹੜਾ ਉਹ ਸ਼ੁਰੂ ਹੋਇਆ ਹੋਇਆ, ਸੋ ਮੈਂ ਅੱਜ ਸੋਚਿਆ ਵੀ ਕਿਉਂ ਨਾ ਇਹ ਇੰਸ਼ੋਰੈਂਸ ਕੀ ਚੀਜ਼ ਹੁੰਦੀ ਹੈ, ਕਾਹਦੇ ਵਾਸਤੇ ਜ਼ਰੂਰੀ ਕਿਉਂ ਹੈ, ਹੈਲਥ ਵਾਸਤੇ ਕੀ ਕੀ ਇਹਦੇ ਫਾਇਦੇ ਨੇ, ਇਹ ਸਾਰੀ ਗੱਲਬਾਤ ਕਰਨ ਵਾਸਤੇ ਫਿਰ ਅੱਜ ਅਸੀਂ ਸਵੇਰੇ ਸਾਜਰੇ ਜਾਈ ਇੱਥੇ ਪਹੁੰਚ ਗਏ ਸੀਗੇ ਫਰਿੱਜ ਨੂੰ, ਜਗਦੀਪ ਸਿੰਘ ਹੁਣਾਂ ਕੋਲ, ਜੇ ਐਸ ਟਰੱਕ ਇੰਸ਼ੋਰੈਂਸ ਏਜੰਸੀ ਜਿਹੜੀ ਹੈ। ਜਗਦੀਪ ਸਿੰਘ ਦੀ ਗੱਲ ਕਰੀਏ, ਪਰਸਨਲੀ ਨਾਮ ਦੀ ਗੱਲ ਕਰੀਏ, ਤਾਂ ਤੁਸੀਂ ਸਾਰੇ ਜਿੰਨੇ ਘਰਾਂ ਵਿੱਚ ਬੈਠੇ ਹੋ, ਚਾਹੇ ਉਹ ਕੈਲੀਫੋਰਨੀਆ ਬੈਠੇ ਹੋ, ਚਾਹੇ ਕਿਤੇ ਵੀ ਬੈਠੇ ਹੋ, ਇਹਨਾਂ ਨੂੰ ਜਾਣਦੇ ਹੋਵੋਗੇ ਟੀਵੀ ਦੇ ਜ਼ਰੀਏ। ਟੀਵੀ 'ਤੇ ਅਕਸਰ ਇਹਨਾਂ ਦੀ ਕਾਫੀ ਐਡ ਜਾਂ ਇਹਨਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਨੇ। ਸੋ ਅੱਜ ਮੇਰੇ ਨਾਲ ਮੌਜੂਦ ਨੇ ਜਗਦੀਪ ਸਿੰਘ, ਜੇ ਐਸ ਟਰੱਕ ਇੰਸ਼ੋਰੈਂਸ ਫਰਿੱਜ ਨੂੰ। ਅਤੇ ਜਗਦੀਪ ਭਾਈ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਿਹਾ ਮਜ਼ਾ ਆ ਗਿਆ ਜੀ ਅੱਜ ਫਰਿੱਜ ਨੂੰ ਚਾ ਕੇ, ਅਤੇ ਬਾਕੀ ਤੁਹਾਡੇ ਆਫਿਸ ਦੇ ਵਿੱਚ ਆ ਕੇ ਹੋਰ ਵੀ ਵਧੀਆ ਲੱਗਿਆ। ਸੋ ਪਹਿਲਾਂ ਤਾਂ ਜਸ ਪੰਜਾਬੀ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੇਮ ਹੇਅਰ ਜਗਤਾਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਤੁਸੀਂ ਸਾਡੇ ਆਫਿਸ 'ਚ ਚਰਨ ਪਾਏ ਅਤੇ ਨਹੀਂ ਚਰਨ ਵਾਲੇ ਲੱਗ ਰਿਹਾ ਕੰਮ ਕਰਦੇ ਹੋ, ਬਿਲਕੁਲ। ਚਲੋ, ਮੈਂ ਨਾਲ ਦੀ ਨਾਲ ਇੱਕ ਸਾਡੇ ਮਹਿਮਾਨ ਵੀ ਹੈਗੇ ਨੇ, ਮੈਂ ਤਾੜੀਆਂ ਮਾਰ ਦਿਓ ਜੀ, ਤੁਹਾਡੀ ਤਾੜੀਆਂ ਦੀ ਹਾਜ਼ਰੀ ਲੱਗੇਗੀ ਇੱਕ ਵਾਰੀ, ਬਾਅਦ 'ਚ ਕੈਮਰਾ ਤੁਹਾਡੇ 'ਤੇ, ਬਿਲਕੁਲ ਕੈਮਰਾ ਬਾਅਦ ਦੇ ਵਿੱਚ ਵੱਜੇਗਾ, ਕੈਮਰਾ ਤੁਹਾਡੇ ਵੱਲ ਵੀ ਆਵਾਂਗੇ ਗੱਲਬਾਤ ਕਰਨ ਵਾਸਤੇ। ਅਤੇ ਘਰਾਂ ਵਿੱਚ ਬੈਠੇ ਦਰਸ਼ਕ ਜਿਹੜੇ, ਇਹਨਾਂ ਵਾਸਤੇ ਵੀ ਮੈਂ ਦੱਸ ਦੇਵਾਂ, ਇੰਸ਼ੋਰੈਂਸ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ, ਖਾਸ ਤੌਰ 'ਤੇ ਜਿਹੜਾ ਅੱਜ ਕੱਲ੍ਹ ਚੱਲਦਾ 15 ਅਕਤੂਬਰ ਤੋਂ ਸ਼ੁਰੂ ਹੋਈ ਹੈ ਔਰ 15 ਜਨਵਰੀ ਤੱਕ ਚੱਲਣੀ ਹੈ, ਕਵਰਡ ਕੈਲੀਫੋਰਨੀਆ ਦੀ, ਤਾਂ ਉਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋ, ਮੇਰਾ ਫੋਨ ਨੰਬਰ ਜਿਹੜਾ ਸਾਡਾ, ਅਕਸਰ ਤੁਸੀਂ ਕਾਲ ਕਰਦੇ ਹੋ 1-844-1300, ਉਸੇ 'ਤੇ ਅੱਜ ਕਾਲ ਕਰਕੇ ਕੋਈ ਵੀ ਸਵਾਲ ਹੋਵੇ ਜਗਦੀਪ ਸਿੰਘ ਹੋਣਾ ਵਾਸਤੇ, ਤੁਸੀਂ ਸਵਾਲ ਸਿੱਧਾ ਠਾ ਦੇਣੀ, ਪਟੱਕ ਦੇਣੀ ਕਰ ਸਕਦੇ ਹੋ, ਔਰ ਕੋਸ਼ਿਸ਼ ਕਰਾਂਗੇ ਉਹਦਾ ਜਵਾਬ ਦੇਣ ਦੀ ਹਰ ਤਰ੍ਹਾਂ। ਜਗਦੀਪ ਭਾਅ ਜੀ, ਸ਼ੁਰੂਆਤ ਆਪਾਂ ਕਰਦੇ ਜੀ, ਤੁਹਾਡਾ ਦਫ਼ਤਰ ਬਹੁਤ ਸੋਹਣਾ ਪਹਿਲਾਂ ਤੋਂ। ਸ਼ੁਕਰੀਆ, ਠੀਕ ਹੈ ਜੀ। ਕਿੰਨੇ ਸਾਲ ਹੋ ਗਏ ਇਸ ਦਫ਼ਤਰ ਨੂੰ? ਇਸ ਦਫ਼ਤਰ ਨੂੰ ਜੀ 5 ਸਾਲ ਹੋ ਗਏ ਆਲਮੋਸਟ। ਅੱਛਾ, ਇੱਥੇ 5 ਸਾਲ ਹੀ ਹੋਏ? ਹਾਂਜੀ, ਉਦੋਂ ਵੈਸੇ ਤਾਂ ਮੇਰੇ ਖਿਆਲ ਕਾਫੀ ਦੇਰ ਉਦੋਂ ਓਵਰਆਲ 15 ਸਾਲ ਹੋ ਗਏ ਕੰਮ ਕਰਦੇ। ਹਾਂ, ਅੱਛਾ ਅੱਛਾ, ਚਲੋ ਬਹੁਤ ਵਧੀਆ, ਦਫ਼ਤਰ ਸਾਰਾ ਕੁਝ ਬਹੁਤ ਵਧੀਆ। ਬਿਲਕੁਲ। ਅਤੇ ਗੱਲ ਸ਼ੁਰੂ ਜੇ ਕਰੀਏ ਤਾਂ ਕਵਰਡ ਕੈਲੀਫੋਰਨੀਆ ਤੋਂ ਹੀ ਆਪਾਂ ਸ਼ੁਰੂ ਕਰਦੇ। ਬਿਲਕੁਲ ਜੀ। ਕਵਰਡ ਕੈਲੀਫੋਰਨੀਆ ਜਿਹੜੀ ਹੈ, ਇੰਸ਼ੋਰੈਂਸ ਹੈਗੀ ਆ, ਆਪਾਂ ਅਕਸਰ ਦੇਖਿਆ ਵੀ ਉਹਦੇ ਵਿੱਚ ਜਿਹੜੇ ਮੇਰੇ ਖਿਆਲ ਬਹੁਤ ਸਾਰੇ ਲੋਕ ਉਹਦੇ 'ਚ ਆਉਂਦੇ, ਬਹੁਤ ਸਾਰੇ ਲੋਕ ਉਹਦੇ 'ਚ ਨਹੀਂ ਆਉਂਦੇ। ਪਹਿਲਾਂ ਤਾਂ ਇਹ ਦੱਸੋ ਵੀ ਕਵਰਡ ਕੈਲੀਫੋਰਨੀਆ ਹੈ ਕੀ ਹੈ ਅਤੇ ਇਹ ਕਿੰਨੀ ਕੁ ਜ਼ਰੂਰੀ ਹੈ, ਅਤੇ ਤੁਸੀਂ ਇਸ ਕੈਮਰੇ ਦੇਖ ਕੇ ਦੱਸ ਲਓ। ਬਿਲਕੁਲ ਜੀ। ਕਵਰਡ ਕੈਲੀਫੋਰਨੀਆ ਜੀ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ, 2010 ਦੇ ਵਿੱਚ ਪ੍ਰੈਜੀਡੈਂਟ ਓਬਾਮਾ ਨੇ ਇੱਕ ਲਾਅ ਪਾਸ ਕੀਤਾ ਸੀਗਾ ਅਫੋਰਡੇਬਲ ਹੈਲਥ ਕੇਅਰ ਦਾ, ਅਤੇ 2014 ਤੋਂ ਇਹ ਲਾਗੂ ਹੋਇਆ ਸੀ। ਉਹਦੇ ਵਿੱਚ ਜਿਹੜੇ ਪਾਵਰਟੀ ਗਾਈਡਲਾਈਨਸ ਤੋਂ ਉੱਤੇ ਸੀ ਬੰਦੇ, ਪਰ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਵੀ ਨਹੀਂ ਸੀ ਬਈ ਉਹ ਇੰਸ਼ੋਰੈਂਸ ਦੇ ਪ੍ਰੀਮੀਅਮ ਅਫੋਰਡ ਕਰ ਸਕਣ, ਉਹਨਾਂ ਨੂੰ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਸਬਸਿਡੀ ਦੇਣ ਦੀ ਵਿਵਸਥਾ ਕੀਤੀ ਗਈ ਸੀ। ਅਤੇ 2014 ਤੋਂ ਲੈ ਕੇ ਇਹ ਸਕਸੈਸਫੁਲੀ ਚੱਲਿਆ ਆ ਰਿਹਾ ਪ੍ਰੋਗਰਾਮ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਕਾਫੀ ਕੋਸ਼ਿਸ਼ਾਂ ਕੀਤੀਆਂ ਬਈ ਇਸ ਨੂੰ ਵਾਪਸ ਬੁਲਾਇਆ ਜਾਵੇ ਇਸ ਲਾਅ ਨੂੰ, ਬਟ ਉਹ ਨਹੀਂ ਵਾਪਸ ਬੁਲਾ ਸਕੇ ਕਿਉਂਕਿ ਇਹ ਪਾਪੂਲਰ ਹੋ ਚੁੱਕਿਆ ਸੀ ਉਦੋਂ ਤੱਕ ਜਨਤਾ ਦੇ ਵਿੱਚ। ਅਤੇ ਫਿਰ ਟਰੰਪ ਐਡਮਿਨਿਸਟ੍ਰੇਸ਼ਨ ਨੇ 2019 ਦੇ ਵਿੱਚ ਇਸ ਦੀ ਇੱਕ ਪੈਨਲਟੀ ਆ ਉਹ ਖਤਮ ਕਰ ਦਿੱਤੀ। ਅੱਗੇ ਕੀ ਸੀ ਵੀ ਜੇ ਕੋਈ ਹੈਲਥ ਇੰਸ਼ੋਰੈਂਸ ਨਹੀਂ ਲੈਂਦਾ ਤਾਂ ਉਸਨੂੰ ਪੈਨਲਟੀ ਹੁੰਦੀ ਸੀ ਜੀ, ਅਤੇ ਉਹ 2019 ਦੇ ਵਿੱਚ ਉਹ ਪੈਨਲਟੀ ਖਤਮ ਕਰ ਦਿੱਤੀ ਗਈ ਸੀ। ਬਟ ਸਟਾਰਟਿੰਗ 2020 ਕੈਲੀਫੋਰਨੀਆ ਗਵਰਨਮੈਂਟ ਇਸ ਨੂੰ ਦੁਬਾਰਾ ਇੰਟਰੋਡਿਊਸ ਕਰ ਰਹੀ ਹੈ ਜੀ, ਕਿਉਂਕਿ ਜੇ ਇਹ ਇਹਨੂੰ ਇੰਸ਼ੋਰੈਂਸ ਦੀਆਂ ਕੋਸਟਾਂ ਨੂੰ ਥੱਲੇ ਰੱਖਣਾ ਅਤੇ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਵੀ ਸਾਰੇ ਬੰਦੇ ਇਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨ, ਅਤੇ ਜਿਹੜਾ ਕੋਈ ਬੰਦਾ ਨਹੀਂ ਪਾਰਟੀਸਪੇਟ ਕਰਦਾ ਉਸ ਨੂੰ ਫਿਰ ਇਸ ਦਾ ਫਾਈਨ, ਅੱਗੇ ਸੀਗਾ ਯੂਨਾਈਟਿਡ ਸਟੇਟਸ ਟ੍ਰੈਜਰੀ ਡਿਪਾਰਟਮੈਂਟ ਵੱਲੋਂ ਫਾਈਨ ਲਾਇਆ ਜਾਂਦਾ ਸੀ,
ਅਤੇ ਹੁਣ ਕੈਲੀਫੋਰਨੀ ਲੋਕਲ ਕੈਲੀਫੋਰਨੀਆ ਜਿਹੜਾ ਆਪਾਂ ਟੈਕਸ ਭਰਦੇ ਹਾਂ ਉਹਨਾਂ ਵੱਲੋਂ ਇਹ ਫਾਈਨ ਲਾਇਆ ਜਾਵੇਗਾ 2020 ਤੋਂ। ਜੀ ਫਾਈਨ ਦੀ ਗੱਲ ਵੀ ਜ਼ਰੂਰ ਕਰਾਂਗੇ, ਪਰ ਇੱਕ ਉਦੋਂ ਪਹਿਲਾਂ ਜੇ ਗੱਲ ਕਰੀਏ ਇੰਸ਼ੋਰੈਂਸ, ਇੱਧਰ ਜੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਅਸੀਂ ਭਾਰਤ ਦੀ ਗੱਲ ਕਰ ਲਈਏ, ਇੱਕੋ ਹੀ ਗੱਲ ਹੈ ਬਿਲਕੁਲ ਕਿ ਉੱਧਰ ਇਹ ਰਿਵਾਜ਼ ਹੈ ਨਹੀਂ ਇੰਸ਼ੋਰੈਂਸ ਦਾ, ਹੈਲਥ ਇੰਸ਼ੋਰੈਂਸ ਦਾ ਖਾਸ ਤੌਰ 'ਤੇ ਰਿਵਾਜ਼ ਹੈ ਨਹੀਂ ਹੈਗਾ, ਕਿਸੇ ਵੀ ਚੀਜ਼ ਦੀ ਇੰਸ਼ੋਰੈਂਸ ਦਾ ਰਿਵਾਜ਼ ਨਹੀਂ, ਫਸਲਾਂ ਦੀ ਇੰਸ਼ੋਰੈਂਸ ਦਾ ਰਿਵਾਜ਼ ਨਹੀਂ ਹੈਗਾ, ਘਰਾਂ ਦੀ ਇੰਸ਼ੋਰੈਂਸ ਦਾ ਰਿਵਾਜ਼ ਨਹੀਂ ਹੈਗਾ। ਇੱਥੇ ਕਿੰਨਾ ਕੁ ਜ਼ਰੂਰੀ ਹੈ, ਇਹ ਸਰਕਾਰ ਦਬਾਅ ਪਾਉਂਦੀ ਹੈ ਕਰਵਾਉਣ ਵਾਸਤੇ ਇੰਸ਼ੋਰੈਂਸ ਕਿਸੇ ਵੀ ਤਰ੍ਹਾਂ ਦੀ, ਜਾਂ ਫਿਰ ਲੋਕ ਆਪ ਹੀ ਇੰਨੇ ਕੁ ਅਵੇਅਰ ਨੇ ਕਿ ਉਹ ਕਰਵਾਉਂਦੇ ਨੇ? ਇਹਦੀ ਜੀ ਜਿਵੇਂ ਹਿਸਟਰੀ ਤੁਹਾਨੂੰ ਦੱਸਾਂ, ਇੰਸ਼ੋਰੈਂਸ ਦੀ ਨਾ ਇਹ ਸ਼ੁਰੂ ਹੋਈ ਸੀਗੀ 1700s ਦੇ ਵਿੱਚ, ਹੈ ਨਾ ਜੀ। ਉਦੋਂ ਜਿਵੇਂ ਯੂਰਪੀਅਨ ਵਪਾਰ ਕਰਦੇ ਸੀ ਤਾਂ ਉਹ ਸ਼ਿਪਾਂ ਦੇ ਵਿੱਚ ਵਪਾਰ ਕਰਦੇ ਸੀ, ਚੀਜ਼ਾਂ ਲੈ ਕੇ ਆਉਂਦੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ, ਹੈ ਨਾ। ਅਤੇ ਉਹ ਫਿਰ ਜੇ ਕਿਸੇ ਵਪਾਰੀ ਦਾ ਸ਼ਿਪ ਡੁੱਬ ਜਾਣਾ ਤਾਂ ਉਹ ਫਿਰ ਬੰਦਾ ਬਰਬਾਦ ਹੋ ਜਾਂਦਾ ਸੀ ਜੀ। ਉਹ ਫਿਰ ਕੀ ਕੀਤਾ ਇਹਨਾਂ ਨੇ, ਜਿੰਨੇ ਵਪਾਰੀ ਸੀ ਸਾਰੇ ਨੇ ਰਲ ਕੇ ਇੱਕ ਪੂਲ ਬਣਾਇਆ, ਉਹਦੇ ਵਿੱਚ ਪੈਸੇ ਪਾਉਣੇ ਸ਼ੁਰੂ ਕੀਤੇ। ਅਤੇ ਫਿਰ ਜਿਸ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਸੀ ਉਸਨੂੰ ਉਸ ਪੂਲ ਦੇ ਵਿੱਚੋਂ ਪੈਸੇ ਦੇ ਦਿੱਤੇ ਜਾਂਦੇ ਸੀ। ਅੱਛਾ, ਇਹ ਤਾਂ ਹੈਗੀ ਜੀ ਹਿਸਟਰੀ। ਇੰਸ਼ੋਰੈਂਸ ਸ਼ੁਰੂ ਕਿੱਦਾਂ ਹੋਈ? ਇਹ ਯੂਰਪ ਦੀ ਦੇਣੀ ਹੈ, ਯੂਰਪ ਤੋਂ ਸ਼ੁਰੂ ਹੋਇਆ ਇਹ ਕੰਮ ਇੰਗਲੈਂਡ ਤੋਂ। ਅਤੇ ਇੱਥੇ ਮਤਲਬ ਜ਼ਰੂਰੀ ਇੰਨਾ ਕੁ ਜ਼ਿਆਦਾ ਜ਼ਰੂਰੀ ਹੈ, ਜਿਵੇਂ ਇੱਥੇ ਹਰ ਇੱਕ ਚੀਜ਼ ਆਪਣੀ ਕਿਸ਼ਤਾਂ 'ਤੇ ਹੈ, ਠੀਕ ਹੈ। ਘਰ ਲੈ ਲਓ, ਕਾਰਾਂ ਲੈ ਲਓ, ਇਲਾਜ ਇੰਨੇ ਮਹਿੰਗੇ ਨੇ, ਠੀਕ ਹੈ ਜੀ। ਅਤੇ ਜੇਕਰ ਬੰਦੇ ਨੂੰ ਉਹ ਸਾਰੇ ਪੈਸੇ ਕੈਸ਼ ਦੇਣੇ ਪੈਣ ਤਾਂ ਉਹ ਅਫੋਰਡੇਬਿਲਟੀ ਤੋਂ ਬਾਹਰ ਹੋ ਜਾਂਦੇ ਆ ਜੀ ਜੀ। ਈਵਨ ਇੰਡੀਆ ਵੀ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਆਏ ਹਾਂ ਪੰਜਾਬ ਦੇ ਵਿੱਚ, ਹੈ ਨਾ, ਕਿਸੇ ਦੀਆਂ 2-3 ਮੱਝਾਂ ਵੀ ਇਕੱਠੀਆਂ ਮਰ ਜਾਂਦੀਆਂ, ਬੰਦੇ ਦੀ ਇਕੋਨਮੀ ਜਿਹੜੀ ਸਾਰੀ ਹਿੱਲ ਜਾਂਦੀ ਸੀ ਜੀ ਜੀ, ਠੀਕ ਹੈ। ਅਤੇ ਬੰਦਾ ਬਿਮਾਰ ਹੋ ਜਾਂਦਾ, ਕਈ ਵਾਰੀ ਆਪਾਂ ਅਕਸਰ ਸੁਣਦੇ ਸੀ ਵੀ ਯਾਰ ਫਲਾਣੇ ਫਲਾਣਾ ਫਲਾਣਾ ਬਿਮਾਰ ਹੋ ਗਿਆ, ਮੁੜ ਕੇ ਸਾਰੀ ਕਮਾਈ ਸਾਰਾ ਬਹੁਤ ਜੀ। ਇਹ ਅਕਸਰ ਅਕਸਰ ਜਗਦੀਪ ਭਾਜੀ ਦੇਖਣ ਦੇ ਵਿੱਚ ਆਇਆ ਬਿਲਕੁਲ, ਅਤੇ ਉੱਥੇ ਕੋਈ ਸਿਸਟਮ ਨਹੀਂ ਹੈਗਾ। ਇਹ ਬੜੀ ਚੰਗੀ ਗੱਲ ਹੈ, ਪਰ ਇਹਦੇ ਵਾਸਤੇ ਵੀ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਉਹ ਫਿਰ ਉੱਥੋਂ ਜੀ ਆਪਾਂ ਉਸੇ ਮੈਂਟੈਲਿਟੀ 'ਚ ਆਉਂਦੇ ਹਾਂ ਵੀ ਇੰਸ਼ੋਰੈਂਸ ਦੀ ਲੋੜ ਨਹੀਂ, ਆਪਾਂ ਇਹ ਵਾਧੂ ਪੈਸੇ ਜਾਂਦੇ ਆ, ਆਪਾਂ ਨੂੰ ਇੱਦਾਂ ਹੀ ਲੱਗਦਾ ਵਾ। ਅਤੇ ਪਰ ਮੈਂ ਤੁਹਾਨੂੰ ਦੱਸਾਂ, ਐਵਰੇਜ ਬੰਦਾ ਜੇ 25-45 ਸਾਲ ਦੀ ਉਮਰ, 25-65 ਸਾਲ ਦੀ ਉਮਰ ਤੱਕ ਇੰਸ਼ੋਰੈਂਸ ਲੈਂਦਾ ਸਾਰੀ ਜ਼ਿੰਦਗੀ, ਹੈ ਨਾ, ਅਤੇ ਉਹਦਾ $300 ਐਵਰੇਜ ਪ੍ਰੀਮੀਅਮ ਬਣਦਾ, ਤਾਂ ਸਾਰੀ ਜ਼ਿੰਦਗੀ ਦੇ ਵਿੱਚ ਬੰਦਾ $1,60,000 ਜਾਂ $65,000 ਦੇ ਕਰੀਬ ਦਿੰਦਾ ਜੀ, ਠੀਕ ਹੈ ਜੀ। ਅਤੇ ਤੁਹਾਨੂੰ ਇੱਕ ਹਾਰਟ ਅਟੈਕ ਜਾਂ ਇੱਕ ਹਾਸਪਿਟਲ ਦੀ ਵਿਜਿਟ $1,00,000 ਤੋਂ ਲੈ ਕੇ $2,00,000 ਡਾਲਰ ਤੱਕ ਕੋਸਟ ਕਰ ਸਕਦੀ, ਠੀਕ ਹੈ ਜੀ। ਆਪਾਂ ਕਹਿ ਦਿੰਦੇ ਹਾਂ ਜੀ ਮੈਨੂੰ ਤਾਂ ਲੋੜ ਨਹੀਂ ਇਹਦੀ, ਮੈਂ ਕਿਉਂ ਦੇਵਾਂ ਪੈਸੇ, ਮੈਂ ਤਾਂ ਐਬਸੋਲੂਟਲੀ ਹੈਲਥੀ ਹਾਂ। ਬਟ ਸਾਰੀ ਜ਼ਿੰਦਗੀ ਤੁਸੀਂ ਇੱਕ ਵਾਰ ਵੀ ਇਹਨੂੰ ਯੂਜ਼ ਕਰ ਲੈਂਦੇ ਹੋ, ਅਤੇ ਇੱਕ ਵਾਰ ਵੀ ਜੇ ਤੁਸੀਂ ਹੋਸਪਿਟਲ ਪਹੁੰਚ ਜਾਂਦੇ ਹੋ ਤਾਂ ਜਿੰਨੇ ਪੈਸੇ ਤੁਸੀਂ ਦਿੱਤੇ ਆ ਉਹ ਸਾਰੇ ਬਰਾਬਰ। ਸਾਡੇ ਤਾਂ ਬਾਹਲੇ ਇਹੀ ਸੋਚਦੇ ਨੇ ਪੰਜਾਬੀ, ਇੱਧਰ ਵੀ ਉਹ ਲੱਗੇ ਨਾ ਫਾਇਰ ਵਾਲੇ, ਨਿਊਯਾਰਕ ਸੀਗੇ ਅਸੀਂ, ਫਾਇਰ ਵਾਲੇ ਟ੍ਰਾਈਡੈਂਟ ਜੇ ਹੁੰਦੇ ਲੱਗੇ ਬਿਲਕੁਲ ਜੀ, ਉਹ ਲੱਗੇ ਤਾਂ ਸਭ ਆਏ ਪੰਜਾਬ ਤੋਂ, ਨਵੇਂ ਕਹਿੰਦਾ ਇਹਦਾ ਫਾਇਦਾ ਕੀ, ਕਦੇ ਵਰਕ ਕੰਮ ਤਾਂ ਆਏ ਨਹੀਂ, ਕਿਉਂਕਿ ਉਹ ਅੱਗ ਲੱਗੂ ਤਾਂ ਹੀ ਤੁਸੀਂ ਚਲੋ ਕੰਮ ਬਿਲਕੁਲ ਹਾਂਜੀ ਜ਼ਰੂਰੀ ਨਹੀਂ ਵੀ ਜਦੋਂ ਇੱਕ ਵਾਰੀ ਕੰਮ ਆਉਣੇ ਆ ਚਾਹੇ ਪੂਰੀ ਜ਼ਿੰਦਗੀ 'ਚ ਇੱਕ ਵਾਰੀ ਕੰਮ ਆਉਣ, ਚਾਹੇ 2 ਸਾਲ 'ਚ ਇੱਕ ਵਾਰੀ ਕੰਮ ਆਉਣ, ਜਦੋਂ ਕੰਮ ਆਉਣਾ ਉਹਨੇ ਪੂਰਾ ਆਉਣਾ ਬਿਲਕੁਲ। ਸੋ ਇਹ ਇੰਸ਼ੋਰੈਂਸ ਵੀ ਇਸੇ ਤਰ੍ਹਾਂ ਹੈਗੀ ਆ ਵੀ ਸਾਨੂੰ ਕਰਾਉਣੀ ਜ਼ਰੂਰੀ ਹੈ। ਸਹੀ ਗੱਲ ਹੈ ਜੀ, ਜੀ ਗੱਲਾਂ ਬਾਤਾਂ ਤੁਹਾਡੇ ਨਾਲ ਇਸੇ ਤਰ੍ਹਾਂ ਕਰਾਂਗੇ। ਜਗਦੀਪ ਸਿੰਘ ਹੁਣੀ ਬੈਠੇ ਨੇ, ਸਾਡੇ ਕੋਲ ਮਹਿਮਾਨ ਇੱਥੇ ਹੈਗੇ ਨੇ ਕਾਫੀ, ਇਹਨਾਂ ਦਾ ਸਟਾਫ ਵੀ ਬੈਠਾ ਹੈਗਾ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਗੱਲ ਹਜੇ ਸ਼ੁਰੂ ਹੋਈ ਹੈ, ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਹੈਗਾ ਤੁਹਾਡੇ ਜ਼ਿਹਨ ਦੇ ਵਿੱਚ ਤਾਂ ਇੰਸ਼ੋਰੈਂਸ ਬਾਰੇ ਜਗਦੀਪ ਸਿੰਘ ਹੁਣਾਂ ਨੂੰ ਪੁੱਛ ਸਕਦੇ ਹੋ। ਕਵਰਡ ਕੈਲੀਫੋਰਨੀਆ ਦੀ ਖਾਸ ਤੌਰ 'ਤੇ ਅਸੀਂ ਗੱਲ ਕਰ ਰਹੇ ਹਾਂ, ਜਿਹਦੀ ਕਿ ਅੱਜ ਬਹੁਤ ਜ਼ਰੂਰਤ ਹੈ। ਅਗਰ ਨਹੀਂ ਉਹ ਕਰਵਾਉਂਦੇ ਤਾਂ ਉਹਦਾ ਇੱਕ ਵੱਡੀ ਪੈਨਲਟੀ ਜਿਹਨੂੰ ਅਸੀਂ ਜੁਰਮਾਨਾ ਕਹਿੰਦੇ ਹਾਂ ਉਹ ਵੀ ਪੈ ਸਕਦਾ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਲਾਈਵ ਫਰੈਜ਼ਨੋ ਦੇ ਵਿੱਚੋਂ JS ਟਰੱਕ ਇੰਸ਼ੋਰੈਂਸ ਜਗਦੀਪ ਸਿੰਘ ਹੁਣ ਦਫ਼ਤਰ ਦੇ ਵਿੱਚ ਅਸੀਂ ਅੱਜ ਬੈਠੇ ਹਾਂ। ਅਤੇ ਇੰਸ਼ੋਰੈਂਸ ਦੀ ਅਸਲ ਦੇ ਵਿੱਚ ਮੈਨੂੰ ਜਾਣਕਾਰੀ ਚਾਹੀਦੀ ਸੀ, ਮੈਂ ਸੋਚਿਆ ਵੀ ਚਲੋ ਮੈਨੂੰ ਤਾਂ ਜਾਣਕਾਰੀ ਲੈਣੀ ਦੇਣੀ, ਨਾਲ ਸਾਡੇ ਜਿਹੜੇ ਦਰਸ਼ਕ ਹੋਰ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਆਪਾਂ ਜਾਣਕਾਰੀ ਦੇ ਦਈਏ। ਖਾਸ ਤੌਰ 'ਤੇ ਕਵਰਡ ਕੈਲੀਫੋਰਨੀਆ ਦੀ ਗੱਲ ਚੱਲਦੀ ਹੈ, ਸਾਡੇ ਨਾਲ ਮਹਿਮਾਨ ਹੋਰ ਜੁੜੇ ਨੇ। ਜਗਦੀਪ ਸਿੰਘ ਹੈਗੇ ਨੇ, ਅਨੁਭਵ ਕੌਰ ਮਾਨ, ਮਾਨ ਨਾ ਮਾਨ ਮੈਂ ਤੇਰਾ ਮਹਿਮਾਨ। ਅਨੁਭਵ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਜਗਦੀਪ ਜੀ ਨਾਲ ਗੱਲਬਾਤ ਤੁਹਾਡੇ ਸਾਹਮਣੇ ਚੱਲ ਹੀ ਰਹੀ ਹੈ ਪਹਿਲਾਂ, ਤੇ ਕੈਸਾ ਅਨੁਭਵ ਰਿਹਾ ਤੁਹਾਡਾ ਇੰਸ਼ੋਰੈਂਸ ਦਾ? ਇੰਸ਼ੋਰੈਂਸ ਮੇਰੇ ਲਈ ਬਹੁਤ ਨਵਾਂ ਸੀਗਾ ਫੀਲਡ, ਮੈਨੂੰ ਕੁਛ ਨਹੀਂ ਸੀ ਪਤਾ ਇਹਦੇ ਬਾਰੇ, ਪਰ ਬਹੁਤ ਕੁਛ ਸਿੱਖਣ ਨੂੰ ਮਿਲਦਾ, ਇਟਸ ਰੀਅਲੀ ਨਾਈਸ। ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਜਿਹੜੀਆਂ ਚੀਜ਼ਾਂ ਆਪਾਂ ਨੂੰ ਲਾਈਕ ਲਾਈਫ ਟੂ ਲਾਈਫ ਡੇਲੀ ਯੂਜ਼ ਦੇ ਵਿੱਚ ਆਪਾਂ ਕਈ ਚੀਜ਼ਾਂ ਨਿਗਲੈਕਟ ਕਰ ਦਿੰਦੇ ਹਾਂ, ਸੋ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ
ਬਹੁਤ ਵਧੀਆ ਲੱਗਿਆ ਸੀ ਇੱਥੇ। ਚਲੋ ਜੀ ਬਹੁਤ ਵਧੀਆ, ਬੜਾ ਵਧੀਆ ਲੱਗ ਰਿਹਾ ਅੱਜ ਇੱਥੇ, ਬਹੁਤ ਵਧੀਆ ਪਰਿਵਾਰਕ ਮਾਹੌਲ ਹੈ ਸਭ ਤੋਂ ਵੱਡੀ ਗੱਲ, ਹਾਂਜੀ ਸਵੇਰ ਦੇ ਅਸੀਂ ਆਏ ਹੋਏ, ਬੜਾ ਵਧੀਆ ਪਰਿਵਾਰਕ ਮਾਹੌਲ ਸਾਰੇ, ਹਾਂਜੀ ਜਲੇਬੀਆਂ ਥੈਂਕ ਆਰਾਮ ਯੂ ਨਾਲ ਪਕੌੜੇ, ਕਦੇ ਜਲੇਬੀਆਂ ਤੇ ਬੱਲੇ ਬੱਲੇ ਹੋਈ ਪਈ ਆ। ਅੱਛਾ ਇਹਦੀ ਆਪਾਂ ਸਮੱਸਿਆਵਾਂ ਦੀ ਗੱਲ ਕਰਾਂਗੇ ਤੁਹਾਡੇ ਨਾਲ, ਹਾਂਜੀ ਜਿਹੜੀ ਅਸੀਂ ਗੱਲ ਕਰਦੇ ਕਵਰਡ ਕੈਲੀਫੋਰਨੀਆ ਦੀ, ਪਹਿਲਾਂ ਇਹ ਲੋਕਾਂ ਦੇ ਵਿੱਚ ਕਨਫਿਊਜ਼ਨ ਜਿਹੜਾ ਉਹ ਤੁਸੀਂ ਦੂਰ ਕਰੋ, ਕਵਰਡ ਕੈਲੀਫੋਰਨੀਆ ਅਤੇ ਓਬਾਮਾ ਕੇਅਰ ਦੇ ਵਿੱਚ ਕੀ ਡਿਫਰੈਂਟ ਹੈ। ਅਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਜੀ ਸਾਡੀ ਕਾਲ ਅਸੀਂ ਲਾਉਂਦੇ ਹਾਂ ਓਬਾਮਾ ਕੇਅਰ ਤਾਂ ਲੱਗਦੀ ਨਹੀਂ, ਕੱਟ ਜਾਂਦੀ ਹੈ, ਇਹ ਕਨਫਿਊਜ਼ਨ ਦੂਰ ਕਰੋ ਤੁਸੀਂ ਸਾਡੇ ਦਰਸ਼ਕਾਂ ਦਾ। ਕਵਰਡ ਕੈਲੀਫੋਰਨੀਆ ਅਤੇ ਓਬਾਮਾ ਕੇਅਰ ਸੇਮ ਥਿੰਗ ਹੀ ਨੇ, ਇੱਕ ਮਾਰਕੀਟ ਪਲੇਸ ਆ ਕਵਰਡ ਕੈਲੀਫੋਰਨੀਆ ਜਿਹਦੇ ਥਰੂ ਆਪਾਂ ਇੰਸ਼ੋਰੈਂਸ ਬਾਏ ਕਰਦੇ ਹਾਂ ਅੱਡ ਅੱਡ ਕੈਰੀਅਰਸ ਤੋਂ। ਉਹਦੇ ਵਿੱਚ ਤੁਹਾਡੇ ਏਰੀਏ ਦੇ ਅਕੋਰਡਿੰਗ ਅੱਡ ਅੱਡ ਕੈਰੀਅਰਸ ਹੁੰਦੇ ਨੇ ਕਿ ਤੁਸੀਂ ਜਿਵੇਂ ਹੁਣ ਆਪਾਂ ਜੇ ਫਰੈਸਨੋ ਦੀ ਆਪਣੀ ਸੈਂਟਰਲ ਵੈਲੀ ਦੀ ਗੱਲ ਕਰੀਏ ਤਾਂ ਆਪਣੇ ਕੋਲ ਬਲੂ ਸ਼ੀਲਡ, ਐਂਥਮ, ਬਲੂ ਕ੍ਰੋਸ ਅਤੇ ਕਾਈਜ਼ਰ ਹੈਗੇ ਆ। ਜਿਵੇਂ ਜਿਵੇਂ ਆਪਾਂ ਸਿਟੀਜ਼ ਚੇਂਜ ਕਰਦੇ ਹਾਂ ਤਾਂ ਡਿਫਰੈਂਟ ਡਿਫਰੈਂਟ ਕੈਰੀਅਰਸ ਆ ਜਾਂਦੇ ਨੇ, ਪਰ ਮਾਰਕੀਟ ਪਲੇਸ ਦਾ ਨਾਮ ਕਵਰਡ ਕੈਲੀਫੋਰਨੀਆ ਕਹਿ ਲਓ ਜਾਂ ਓਬਾਮਾ ਕੇਅਰ ਕਹਿ ਲਓ, ਉਹਨਾਂ ਦੇ ਥਰੂ ਆਪਾਂ ਬਾਏ ਕਰਦੇ ਹਾਂ। ਜੀ 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 ਅੱਛਾ, ਕਵਰਡ ਸੇਮ ਹੈਗੀ ਹੈ। ਹਾਂਜੀ, ਅਤੇ ਇਹਦੇ 'ਚ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਜਿਹੜੇ ਸਾਨੂੰ, ਵੈਸੇ ਵੀ ਸਵਾਲ ਤੁਹਾਨੂੰ ਜਿੱਦਾਂ ਮੋਸਟਲੀ ਆਉਂਦੇ ਹੀ ਹੋਣਗੀਆਂ ਕਾਲਾਂ ਇੱਥੇ, ਅਤੇ ਹੁਣ ਅੱਜ ਕੱਲ੍ਹ ਜਿਹੜਾ ਹੈਗਾ ਅੱਜ ਕੱਲ੍ਹ ਕਿਹੜੀ ਚੀਜ਼ ਜ਼ਰੂਰੀ ਹੈ, ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਉਹਦੇ ਵਾਸਤੇ, ਜਿਵੇਂ ਅਸੀਂ ਗੱਲ ਕਰਦੇ, ਅਸੀਂ ਖਾਸ ਤੌਰ 'ਤੇ ਅੱਜ ਇੱਥੇ ਤਾਂ ਇਕੱਠੇ ਹੋਏ ਹਾਂ ਕਿ ਜਿਹੜਾ ਇਹ ਟਾਈਮ ਹੈਗਾ 15 ਅਕਤੂਬਰ ਤੋਂ 15 ਜਨਵਰੀ ਤੱਕ, ਆਪਣੇ ਜਗਦੀਪ ਭਾਅ ਜੀ ਕਹਿੰਦੇ ਹੁੰਦੇ 3 ਮਹੀਨੇ ਗੱਡੀ ਖੜ੍ਹਨੀ ਹੈ, ਠੀਕ ਹੈ ਜੀ। ਇਹ ਨਹੀਂ ਆਪਣੇ ਪੰਜਾਬੀ ਨੂੰ ਆਦਤ ਭੱਜ ਕੇ ਮਗਰ ਚੜ੍ਹੋ ਗੱਡੀ ਦੀ, ਕੋਈ ਬਿੱਲ ਵੀ ਦੇਣਾ ਪੰਜਾਬ ਦੇ ਵਿੱਚ ਬਿਜਲੀ ਦਾ, ਉਹ ਵੀ ਆਖਰੀ ਡੇਟ 'ਤੇ ਕਹਿਣਾ ਨਿਆਣੇ ਨੂੰ ਜਾਂ ਭੱਜ ਕੇ ਸਾਈਕਲ ਚੱਕ ਬਿੱਲ ਦੇ ਕੇ ਆ। ਅਤੇ ਇਹ ਕਵਰਡ ਕੈਲੀਫੋਰਨੀਆ ਜਿਹੜੀ ਹੈ, ਜਗਦੀਪ ਜੀ ਕੋਈ ਪੁੱਛਾਂਗੇ, ਤੁਸੀਂ ਪਹਿਲਾਂ ਆਪਣੇ ਵਿਊ ਜਿਹੜੇ ਦੇ ਦਿਓ ਵੀ ਇਹ ਕਿੰਨੀ ਕੁ ਜ਼ਰੂਰੀ ਹੈ ਅਤੇ ਕਿਉਂ ਜ਼ਰੂਰੀ ਹੈ। ਮੇਰੇ ਹਿਸਾਬ ਨਾਲ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਕੋਲ, ਆਪਾਂ ਹੈਲਥ ਇੰਸ਼ੋਰੈਂਸ ਦੀ ਗੱਲ ਕਰ ਰਹੇ ਜਿਹਦੀ ਖਾਸ ਤੌਰ 'ਤੇ ਜ਼ਰੂਰਤ ਸਭ ਨੂੰ ਪੈਂਦੀ। ਜੀ ਜੇ ਆਪਣੇ ਕੋਲ ਜੇ ਕਿਤੇ ਹੋਸਪਿਟਲ ਜਾਣਾ ਪੈ ਜੇ, ਇੰਸ਼ੋਰੈਂਸ ਨਾ ਹੋਵੇ ਤਾਂ ਬਹੁਤ ਜ਼ਿਆਦਾ ਖਰਚਾ ਹੈ ਜਿਹੜਾ ਆਪਣੇ ਕੋਲੋਂ ਆਪਾਂ ਨੂੰ ਪੇ ਕਰਨਾ ਪੈਂਦਾ। ਜੇ ਇੰਸ਼ੋਰੈਂਸ ਹੋਊਗੀ ਤਾਂ ਆਪਾਂ ਨੂੰ ਕੁਛ ਪਰਸੈਂਟੇਜ ਪੇ ਕਰਨੀ ਪੈਣੀ ਆ, ਜੀ, ਰੈਸਟ ਆਫ ਇਟ ਇੰਸ਼ੋਰੈਂਸ ਨੇ ਲੈ ਲੈਣਾ ਆ। ਸੋ ਬਹੁਤ ਜ਼ਰੂਰੀ ਹੈ ਕਿ ਆਪਣੇ ਕੋਲ ਇੰਸ਼ੋਰੈਂਸ ਹੋਵੇ ਤਾਂ ਕਿ ਆਪਾਂ ਇੰਨਾ ਜ਼ਿਆਦਾ ਖਰਚਾ ਜਿਹੜਾ ਆਪਣੇ ਵੱਲੋਂ ਹੋਣਾ ਹੋਵੇ ਉਹ ਬਚਾ ਸਕੀਏ। ਵਾਜੀ ਵਾਹ, ਜਗਦੀਪ ਭਾਅ ਜੀ ਮਾਈਕ ਲਓ। ਇਹ ਇੱਕ ਨਿਊਯਾਰਕ ਦੇ ਵਿੱਚ ਇਹ ਚੀਜ਼ ਨਹੀਂ ਸੀਗੀ, ਇੱਥੇ ਵੀ ਸ਼ਾਇਦ ਪਹਿਲਾਂ ਨਹੀਂ ਸੀ, ਜਿਹੜੀ ਅਸੀਂ ਅੱਜ ਗੱਲ ਕਰਦੇ ਹਾਂ। ਜਿੱਦਾਂ ਹੁਣ ਤੁਹਾਡੀ ਐਡ ਅੱਜ ਸ਼ੁਰੂ ਹੋਈ ਹੈ ਸਾਡੇ ਚੈਨਲ 'ਤੇ, ਬਿਲਕੁਲ, ਉਹਦੇ 'ਚ ਵੀ ਇੱਕ ਲਾਈਨ ਆਉਂਦੀ ਹੈ ਕਿ ਪੈਨਲਟੀ ਤੋਂ ਬਚਣ ਵਾਸਤੇ, ਬਿਲਕੁਲ, ਇਹ ਪੈਨਲਟੀ ਕੀ ਹੈ ਅਤੇ ਮਿਨੀਮਮ ਜਾਂ ਮੈਕਸੀਮਮ ਕਿੰਨੀ ਆ? ਪੈਨਲਟੀ ਜੀ, ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਫੈਡਰਲ ਲੈਵਲ 'ਤੇ 2019 'ਚ ਇਹ ਖਤਮ ਕਰ ਦਿੱਤੀ ਗਈ ਸੀ, ਬਟ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਦੁਬਾਰਾ ਤੋਂ ਇੰਟਰੋਡਿਊਸ ਕੀਤਾ ਗਿਆ ਸਟਾਰਟਿੰਗ ਜਨਵਰੀ 1, 2020 ਤੋਂ। ਪੈਨਲਟੀ ਦੀ ਜਿਹੜੀ ਅਮਾਊਂਟ ਰੱਖੀ ਗਈ ਆ ਉਹ ਜੀ 695 ਇੱਕ ਬੰਦੇ ਦੀ ਮਿਨੀਮਮ ਹੈ, ਮਿਨੀਮਮ $695 ਪਰ ਅਡਲਟ ਮੈਂਬਰ, ਠੀਕ ਹੈ। ਜੇ ਦੋ ਅਡਲਟ ਮੈਂਬਰ ਆ ਤਾਂ 695 ਟਾਈਮਸ 2, ਅਤੇ ਇਹ ਮਿਨੀਮਮ ਆ, ਅਤੇ ਜਾਂ ਫਿਰ ਗਰੋਸ ਇਨਕਮ ਦਾ 2.5%, ਜਿਹੜਾ ਵੀ ਉਹਨਾਂ 'ਚੋਂ ਜ਼ਿਆਦਾ ਹੋਊਗਾ ਉਹ ਤੁਹਾਨੂੰ ਪੈਨਲਟੀ ਹੋਊਗੀ ਜੇ ਆਪਾਂ ਇੰਸ਼ੋਰੈਂਸ ਨਹੀਂ ਲੈਂਦੇ। ਅਤੇ ਜ਼ਿਆਦਾਤਰ ਕੇਸਾਂ 'ਚ ਇਹ ਦੇਖਿਆ ਜਾਂਦਾ ਵਾ ਵੀ ਬੰਦੇ ਆਪਣੇ ਇਗਨੋਰ ਕਰ ਦਿੰਦੇ ਆ ਵੀ ਚੱਲ ਮੈਂ ਤਾਂ ਨਹੀਂ ਲੈਣੀ, ਮੈਂ ਪੈਨਲਟੀ ਦੇ ਦੂੰਗਾ। ਤਾਂ ਮੈਂ ਉਹਨਾਂ ਨੂੰ ਰਿਕਮੈਂਡ ਕਰਾਂ ਵੀ ਘੱਟੋ ਘੱਟ ਜਿਹੜਾ ਕੈਟਾਸਟ੍ਰੋਫਿਕ ਪਲਾਨ ਆ, ਜਿਹੜਾ ਮਤਲਬ ਹਾਈ ਡਿਡਕਟਿਬਲ ਪਲਾਨ, ਕੈਟਾਸਟ੍ਰੋਫਿਕ ਪਲਾਨ, ਉਹਨੂੰ ਹਾਈ ਡਿਡਕਟਿਬਲ ਪਲਾਨ ਕਹਿ ਦਿੰਦੇ ਆ, ਜੇ ਆਪਾਂ ਉਹ ਲੈ ਲੈਂਦੇ ਹਾਂ ਤਾਂ ਆਮ ਤੌਰ 'ਤੇ ਆਪਣੀ ਪੈਨਲਟੀ 'ਤੇ ਉਹਦਾ ਰੇਟ ਇੱਕ ਬਰਾਬਰ ਹੀ ਆ ਜਾਂਦਾ ਵਾ। ਉੱਥੇ ਕੀ ਆ ਜਾਂਦਾ? ਹਾਂਜੀ ਅਨੁਭਵ ਜੀ, ਕਿ ਜਿਹੜੇ ਆਉਂਦੇ ਤੁਹਾਡੇ ਕੋਲ ਕਲਾਇੰਟ ਮੇਰੇ ਵਰਗੇ ਖਾਸ ਤੌਰ 'ਤੇ, ਜਾਂ ਫੋਨ ਕਰਦੇ ਹੋਣਗੇ ਵੀ ਕਹਿੰਦੇ ਕੋਈ ਇੱਦਾਂ ਵੀ ਬਿਨਾਂ ਪੈਸਿਆਂ ਤੋਂ ਪੈਸੇ ਨਾ ਦੇਣੇ ਪੈਣ ਤਾਂ ਸਾਡੀ ਡੈਂਜਰਸ ਹੋ ਜਾਏ, ਕਿੰਨੇ ਪਰਸੈਂਟ ਕਹਿੰਦੇ? ਮੋਸਟਲੀ ਸਾਰਿਆਂ ਦਾ ਹੀ ਪਹਿਲਾ ਕੁਐਸਚਨ, ਮੈਂ ਵੀ ਪਹਿਲਾ ਕੁਐਸਚਨ ਇਹ ਕੀਤਾ ਸੀ ਅੱਜ ਕਿ ਜਦੋਂ ਉਹਨਾਂ ਨੂੰ ਰੇਟਸ ਦੱਸਦੇ ਆ ਤਾਂ ਪਹਿਲਾ ਸਵਾਲ ਇਹੀ ਹੁੰਦਾ ਆ ਕਿ ਬਹੁਤ ਲੋਕੀ ਫ੍ਰੀ ਵੀ ਲੈਂਦੇ ਆ, ਸਾਨੂੰ ਵੀ, ਅਸੀਂ ਵੀ ਫ੍ਰੀ ਇੰਸ਼ੋਰੈਂਸ ਲੈਣੀ ਆ, ਸਾਨੂੰ ਕੁਝ ਪੇ ਨਾ ਕਰਨਾ ਪਵੇ। ਫਿਰ ਤੁਹਾਡਾ ਜਵਾਬ ਕੀ ਹੁੰਦਾ? ਅਸੀਂ ਫਿਰ ਉਹਨਾਂ ਨੂੰ ਇਨਕਮ ਦਿਖਾ ਦਿੰਦੇ ਆ ਕਿ ਇਨਕਮ ਦੇ ਅਕੋਰਡਿੰਗ ਤੁਹਾਡੀ ਇੱਥੋਂ ਤੱਕ ਲਿਮਿਟ ਬਣਦੀ ਆ, ਤੁਹਾਨੂੰ ਇਹ ਪਲਾਨ ਲੈਣਾ ਪੈਣਾ ਆ, ਤੁਸੀਂ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਹੋ। ਜਿੱਦਾਂ ਅਸੀਂ ਹੁਣ, ਮੈਂ ਘੱਟ ਇਨਕਮ ਦੱਸਤੀ ਜਾਂ ਮੇਰੀ ਲਾਸਟ ਈਅਰ ਘੱਟ ਇਨਕਮ ਸੀਗੀ, ਹਾਂਜੀ, ਅਤੇ ਮੈਂ ਉਹੀ ਕੰਟੀਨਿਊ ਕਰਤੀ, ਹਾਂਜੀ, ਅਤੇ ਉਹਦੀ ਵੀ ਐਂਡਰ 'ਤੇ ਪੈਨਲਟੀ ਪੈਗੀ, ਕੀ ਹੋਏਗਾ? ਸੋ ਜਿੰਨੀ ਤੁਹਾਡੀ ਹੁਣ ਇਨਕਮ ਹੈਗੀ ਆ ਸ਼ੋ ਕੀਤੀ ਹੋਈ, ਜਾਂ ਜੇ ਆਪਾਂ ਸੇਮ ਰੱਖ ਰਹੇ ਹਾਂ ਤਾਂ ਫਿਰ ਤਾਂ ਉਹਦੇ ਨਾਲ ਕੁਛ ਨਹੀਂ ਹੋਣਾ ਹੈ, ਪਰ ਜੇ ਸਾਲ ਦੇ ਖਤਮ ਹੋਣ 'ਤੇ ਤੁਹਾਡੀ ਇਨਕਮ ਵੱਧ ਜਾਂਦੀ ਹੈ ਅਤੇ ਆਪਾਂ ਰਿਪੋਰਟ ਨਹੀਂ ਕਰਦੇ ਕਿ ਸਾਡੀ ਇਨਕਮ ਵੱਧ ਗਈ ਆ, ਫਿਰ ਉਸ ਚੀਜ਼ ਦੀ ਪੈਨਲਟੀ ਪੈਣੀ ਆ। ਜ਼ਿਆਦਾ ਤਾਂ ਨਹੀਂ ਪੈਂਦੀ ਨਾ? ਜੇ ਹੁਣ ਇਨਕਮ ਆਪਣੀ ਜ਼ਿਆਦਾ ਵੱਧ ਜੂਗੀ, ਇਨਕਮ ਵਧੀ ਵੀ ਰਿਪੋਰਟ ਨਾ ਕਰੋ ਜੇ, ਮੇਰਾ ਕਹਿਣਾ ਮਤਲਬ ਹਰ ਚੀਜ਼ ਰਿਪੋਰਟ ਕਰਨੀ ਆ। ਅੱਛਾ ਜੀ, ਹਾਂਜੀ, ਕੋਈ ਵੀ ਚੇਂਜਸ ਹਾਊਸ ਹੋਲਡ ਦੇ ਵਿੱਚ ਆਉਂਦੇ ਨੇ ਉਹ ਆਪਾਂ ਟਾਈਮ ਟੂ ਟਾਈਮ ਉਹਨਾਂ ਨੂੰ ਦੱਸਣਾ ਆ। ਇਹ ਤਾਂ ਤੁਸੀਂ ਟੈਨਸ਼ਨ ਜੀ ਦੇਤੀ, ਕੋਈ ਨਹੀਂ ਕਰਨੀ। ਜਗਦੀਪ ਭਾਅ ਜੀ, ਤੁਸੀਂ ਇਹ
ਇੰਸ਼ੋਰੈਂਸ ਲਾਈਨ ਦੇ ਵਿੱਚ ਹੈਗੇ ਕਾਫੀ 15-20 ਸਾਲ ਤੋਂ ਹਾਂਜੀ, ਤੇ ਇੱਧਰ ਆਉਣ ਦਾ ਮਨ ਕਿਵੇਂ ਬਣਿਆ, ਕੀ ਇਸ ਬਿਜ਼ਨਸ ਦੇ ਵਿੱਚ ਖਾਸੀਅਤ ਲੱਗੀ? ਇਹ ਜੱਗੀ ਭਾਅ ਜੀ ਸੀਗਾ ਤਾਂ ਐਕਸੀਡੈਂਟਲੀ, ਮਤਲਬ ਮੈਂ ਇੱਕ ਗੈਸ ਸਟੇਸ਼ਨ ਮੈਨੇਜ ਕਰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇੱਕ ਆਪਦਾ ਵੀ ਲਿਆ ਪਾਰਟਨਰਸ਼ਿਪ ਦੇ ਵਿੱਚ, ਤੇ ਆਪਦਾ ਕੋਈ ਗੈਸ ਸਟੇਸ਼ਨ ਸਰਚ ਕਰਦੇ ਸੀ ਇਨ ਦਾ ਮੇਨ ਟਾਈਮ। ਮੈਂ ਕਿਹਾ ਯਾਰ ਚਲੋ ਪੜ੍ਹ ਹੀ ਲੈਂਦੇ ਹਾਂ, ਨਾਲ 2-4 ਲਾਇਸੈਂਸ ਲੈ ਲੈਂਦੇ ਹਾਂ। ਉਦੋਂ ਕਿ ਫਿਰ ਇੰਸ਼ੋਰੈਂਸ ਅਤੇ ਰੀਅਲ ਅਸਟੇਟ ਦੋਨੇ ਲਾਇਸੈਂਸ ਲਏ ਸੀ, ਠੀਕ ਹੈ ਜੀ। ਅਤੇ ਉਦੋਂ ਫਿਰ ਮਤਲਬ ਇਹ ਕੰਮ ਜਦੋਂ ਸ਼ੁਰੂ ਕੀਤਾ ਤਾਂ ਇਹ ਇੰਨਾ ਕੁ ਇੰਟਰਸਟਿੰਗ ਲੱਗਿਆ, ਇੰਨਾ ਕੁ ਜ਼ਿਆਦਾ ਵਾਸਟ ਇਹਦਾ ਫੀਲਡ ਲੱਗਿਆ, ਅਤੇ ਮੈਂ ਜਦੋਂ ਲੋਕਾਂ ਨੂੰ ਜਾ ਕੇ ਸਮਝਾਉਣਾ, ਕਿਸੇ ਨੂੰ ਕੁਛ ਪਤਾ ਨਾ ਹੋਣਾ, ਠੀਕ ਹੈ ਜੀ, ਅਤੇ ਉਹ ਚੀਜ਼ ਫਿਰ ਬੜੀ ਇੰਟਰਸਟਿੰਗ ਲੱਗੀ। ਇਹ ਤਾਂ ਬੜਾ ਅੱਛਾ, ਚਲੋ ਇਹ ਚੀਜ਼ ਤਾਂ ਵਧੀਆ ਗੱਲ ਹੈ, ਲੋਕਾਂ ਨੂੰ ਸਮਝਾਉਣਾ ਇੰਟਰਸਟਿੰਗ ਲੱਗੀ। ਹਾਂਜੀ, ਨਹੀਂ ਇੱਕ ਦੂਜਾ ਵੀ ਇੰਟਰਸਟ ਹੁੰਦਾ ਨਾ, ਪੈਸੇ ਧੇਲੇ ਪੱਖੋਂ ਇੰਟਰਸਟਿੰਗ ਲੱਗੀ। ਮੈਂ ਨਾ ਜਗਤਾਰ ਭਾਅ ਜੀ ਇਹ ਗੱਲ ਮੰਨਣ ਵਾਲੀ ਨਹੀਂ ਹੋਣੀ ਤੁਹਾਡੇ, ਹੈ ਨਾ, ਮੈਂ ਕਦੇ ਵੀ ਜਾਣਦੀ ਓਨੈਸਟਲੀ ਪੈਸੇ ਵੱਲ ਧਿਆਨ ਨਹੀਂ ਦਿੱਤਾ, ਬਟ ਜੇ ਮੈਂ ਇਹ ਚੀਜ਼ ਦੇਖੀਏ, ਜੇ ਤੁਸੀਂ ਧਿਆਨ ਨਹੀਂ ਦਿੰਦੇ ਤਾਂ ਇਟ ਫੋਲੋਜ਼ ਯੂ, ਪੈਸਾ ਆਉਂਦਾ। ਹਾਂਜੀ, ਜਿੰਨਾ ਘੁੱਟੋ ਉਨਾ ਉੱਡਦਾ। ਬਿਲਕੁਲ ਬਿਲਕੁਲ ਜੀ ਜੀ ਜੀ। ਅੱਛਾ ਤੂੰ ਕਾਲ ਲੈ ਲਈਏ ਇੱਕ ਦਿਨ, ਬਿਲਕੁਲ ਜੀ। ਹਾਂਜੀ, ਅਤੇ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੱਗੀ ਭਾਅ ਜੀ, ਕੀ ਹਾਲ ਜੇ? ਬਹੁਤ ਵਧੀਆ ਸਰ। ਕਿਰਪਾ ਜੀ, ਕਿਰਪਾ ਕੌਣ ਸਾਹਿਬ ਬੋਲ ਰਹੇ ਜੀ? ਹਰਦੀਪ ਹੋ ਰਿਹਾ, ਬੇਕਰਫੀਲ ਤੋਂ। ਹਾਂਜੀ ਹਾਂਜੀ ਭਾਅ ਜੀ, ਕੀ ਕਹਿਣਾ ਚਾਹੁੰਦੇ, ਸਵਾਗਤ ਤੁਹਾਡਾ। ਹਾਂਜੀ ਹਾਂਜੀ ਭਾਅ ਜੀ, ਤੁਸੀਂ ਅੱਜ ਲੈ ਕੇ ਆਏ ਜੀ ਪ੍ਰੋਗਰਾਮ ਇੰਸ਼ੋਰੈਂਸ ਦਾ, ਅਤੇ ਲਾਈਫ ਇੰਸ਼ੋਰੈਂਸ ਵਾਟਐਵਰ ਜੋ ਵੀ ਹੈਗੇ ਆ। ਜੀ ਜੀ, ਆਪਾਂ ਹੈਲਥ ਇੰਸ਼ੋਰੈਂਸ ਦੀ ਫਿਲਹਾਲ ਗੱਲ ਕਰ ਰਹੇ ਜੀ, ਤੁਹਾਡਾ ਹੈ ਸਵਾਲ ਕੋਈ? ਹਾਂਜੀ ਹਾਂਜੀ, ਹੈਲਥ ਇੰਸ਼ੋਰੈਂਸ ਵੇਖੋ ਜੀ, ਹੁਣ ਤਾਂ ਬੜੀ ਜ਼ਿਆਦਾ ਪ੍ਰੋਵਾਈਡ ਹੋ ਰਹੀ ਆ ਹਰੇਕ ਨੂੰ, ਇਸ ਤੁਹਾਡਾ ਸਵਾਲ ਲੈਣਾ ਚਾਹੀਦਾ ਵਾ। ਸਵਾਲ ਜਗਦੀਪ ਸਿੰਘ ਜੀ ਵਾਸਤੇ ਕੋਈ? ਹਾਂਜੀ, ਜਗਦੀਪ ਸਿੰਘ ਭਾਅ ਜੀ ਬਹੁਤ ਕਰ ਰਹੇ ਆ। ਵੇਖੋ, ਹੁਣ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈ ਵੀ ਹੈਲਥ ਵਿੱਚ ਇੰਸ਼ੋਰੈਂਸਾਂ ਸਾਨੂੰ ਮਿਲ ਸਕਦੀਆਂ ਨੇ, ਅਤੇ ਆਪਾਂ ਉਹਦਾ ਬੈਨੀਫਿਟ ਲੈ ਸਕਦੇ ਹਾਂ, ਲੈਣਾ ਚਾਹੀਦਾ ਜ਼ਰੂਰ। ਬਿਲਕੁਲ ਜੀ, ਇਹ ਗੌਰਮੈਂਟ ਵੱਲੋਂ ਇੱਕ ਪ੍ਰੋਵਾਈਡ ਕੀਤੀ ਗਈ ਹੋਈ ਆ, ਸਾਡੇ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਅਸੀਂ ਨਾ ਜ਼ਿਆਦਾਤਰ ਆਪਣੇ ਕੰਮਾਂ 'ਚ ਹੀ ਮਸ਼ਹੂਰ ਰਹਿੰਦੇ ਹਾਂ, ਜਿੱਦਾਂ ਵੀ ਰਹਿੰਦੇ ਹਾਂ। ਇਹ ਚੀਜ਼ ਬੜੀ ਵੈਰੀ ਗੁੱਡ ਆ, ਲੈ ਕੇ ਆਇਓ ਹੁਣ ਭਾਅ ਜੀ, ਤੁਸੀਂ ਵੀ ਲੈ ਕੇ ਆਇਓ ਨਾਲ। ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਕਾਲਾਂ ਲਗਾਤਾਰ ਆ ਰਹੀਆਂ ਨੇ, ਅਤੇ ਪਰ ਨਾਲ ਦੀ ਨਾਲ ਉੱਧਰੋਂ ਇਸ਼ਾਰਾ ਹੋ ਗਿਆ ਸਟੂਡੀਓ ਦੇ ਵਿੱਚੋਂ ਬ੍ਰੇਕ ਦਾ, ਅਤੇ ਬ੍ਰੇਕ ਵੀ ਲੈਣੀ ਪੈਣੀ ਆ। ਅਨੁਭਵ ਜੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸ਼ੌਕ ਕੀ ਤੁਹਾਡੇ, ਕੋਈ ਕੋਈ ਸਪੋਰਟਸ ਨਾਲ ਜਾਂ ਐਂਟਰਟੇਨਮੈਂਟ ਨਾਲ ਰਿਲੇਟਡ ਕੋਈ ਸ਼ੌਕ? ਮੈਨੂੰ ਪੜ੍ਹਨਾ ਪਸੰਦ ਆ, ਮੈਂ ਨੋਵਲ ਜ਼ਿਆਦਾ ਪੜ੍ਹਦੀ ਹਾਂ। ਨੋਵਲ, ਨੋਵਲ ਪੜ੍ਹਨ ਵਾਲੇ ਬੰਦੇ ਤਾਂ ਅੱਧੇ ਪਾਗਲ ਹੋ ਜਾਂਦੇ ਹੋ, ਮੈਂ ਵੀ ਪੜ੍ਹ ਜਾਂਦਾ ਸੀ ਕਾਫੀ। ਮੈਨੂੰ ਸੱਚੀ, ਮੈਂ ਤਾਂ ਮੈਨੂੰ ਜਦੋਂ ਮੈਂ ਨਾਵਲ ਪੜ੍ਹਨਾ, ਭੂਤਾਂ ਵਾਲਾ ਨਾਵਲ ਪੜ੍ਹਨਾ, ਤਾਂ ਮੈਨੂੰ ਇਹ ਅੱਖਾਂ ਚੱਕਣੀ, ਮੈਨੂੰ ਐਂ ਲੱਗਣਾ ਸਾਹਮਣੇ ਭੂਤ ਆ ਖੜ ਗਿਆ। ਅਤੇ ਇੱਦਾਂ ਹੋਈ ਕਦੇ ਤੁਹਾਡੇ ਨਾਲ? ਨਹੀਂ, ਫਿਲਹਾਲ ਤਾਂ ਨਹੀਂ ਹੋਈ ਆ। ਅੱਛਾ, ਨਹੀਂ ਵੈਸੇ ਕੋਈ ਇੱਧਰ ਸ਼ੌਕ ਨਹੀਂ ਮਾਡਲਿੰਗ ਵਗੈਰਾ ਦਾ, ਜਿਵੇਂ ਹੁਣ ਸੁੱਖ ਨਾਲ ਤਾੜੀਆਂ ਮਾਰ ਦਿਓ ਜੀ ਮਾਨਵ ਵਾਸਤੇ, ਦੇਖੋ ਬੜੀ ਵਧੀਆ ਗੱਲਬਾਤ ਹੈ। ਚਲੋ ਫਿਰ, ਬਹੁਤ ਵਧੀਆ ਮਾਹੌਲ ਆ, ਬਹੁਤ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਅੱਜ ਫਰਿਜ਼ਨਾਂ ਦੇ ਵਿੱਚੋਂ। ਅਸੀਂ ਜਾਣਕਾਰੀ ਵੀ ਦੇਣ ਦੀ ਕੋਸ਼ਿਸ਼ ਕਰਾਂਗੇ, ਪਰ ਫਿਲਹਾਲ ਇੱਕ ਬ੍ਰੇਕ ਲੈਣੀ ਪੈਣੀ ਹੈ, ਦੇਖਦੇ ਰਹੋ ਜਸ ਪੰਜਾਬੀ। ਬਾਅਦ ਇੱਕ ਵਾਰ ਫਿਰ ਹਾਜ਼ਰ ਆ ਜੀ ਪ੍ਰੋਗਰਾਮ ਲੈ ਕੇ। ਤੁਸੀਂ ਦੇਖ ਰਹੇ ਹੋ ਫਰੈਜ਼ਨੋ ਦੇ ਵਿੱਚੋਂ JS ਟਰੱਕ ਇੰਸ਼ੋਰੈਂਸ ਏਜੰਸੀ, ਜਗਦੀਪ ਸਿੰਘ ਹੁਣਾਂ ਦੀ ਹੈਗੀ ਆ, ਔਰ ਸਾਡੇ ਨਾਲ ਇੱਥੇ ਵੀ ਮਹਿਮਾਨ ਜੁੜੇ ਨੇ, ਉਹ ਵੀ ਵੈਸੇ ਤਾਂ ਸਵਾਲ ਕਰਨ ਨੂੰ ਕਾਹਲੇ ਨੇ, ਟੈਲੀਫੋਨ 'ਤੇ ਵੀ ਤੁਹਾਡੀਆਂ ਕਾਲਾਂ ਆ ਰਹੀਆਂ ਨੇ। ਪਰ ਉਸ ਤੋਂ ਪਹਿਲਾਂ ਮੈਂ ਜਿਹੜੀ ਇਹ ਗੱਲ ਜਗਦੀਪ ਜੀ ਤੁਹਾਨੂੰ ਪੁੱਛਣੀ ਚਾਹੁੰਦਾ, ਤੁਸੀਂ ਹੁਣ ਬ੍ਰੇਕ ਦੇ ਵਿੱਚ ਕੋਈ ਗੱਲ ਦੱਸ ਰਹੇ ਸੀਗੇ ਕਿ ਇਹ ਜਿਹੜੀ ਹੈਗੀ ਹੈ ਕੁਛ ਟਰੰਪ ਦੀ ਅਤੇ ਓਬਾਮਾ ਸਾਹਿਬ ਦੇ ਵੇਲੇ ਦੇ ਜਿਹੜੇ ਰੂਲ ਨੇ ਹੈਲਥ ਇੰਸ਼ੋਰੈਂਸ ਬਾਰੇ, ਉਹ ਕੀ ਕਹਿਣਾ ਚਾਹੁੰਦੇ ਸੀ ਤੁਸੀਂ? ਇੱਕ ਜੀ, ਆਪਾਂ ਅੱਜ ਕੱਲ੍ਹ ਨਿਊਜ਼ ਦੇ ਵਿੱਚ ਬਹੁਤ ਸੁਣਦੇ ਹਾਂ ਟਰੰਪ ਪ੍ਰਸ਼ਾਸਨ ਤੋਂ ਵੀ, ਜਿਹੜਾ ਕੋਈ ਬੰਦਾ ਪਬਲਿਕ ਚਾਰਜ ਲੈ ਰਿਹਾ, ਜਿਵੇਂ ਫੂਡ ਸਟੈਂਪ ਵਗੈਰਾ ਲੈ ਰਿਹਾ ਜਾਂ ਮੈਡੀਕਲ ਲੈ ਰਿਹਾ ਜਾਂ ਸਰਕਾਰ ਤੋਂ ਕੋਈ ਵੀ ਸਹਾਇਤਾ ਲੈ ਰਿਹਾ, ਤਾਂ ਉਸ ਨੂੰ ਮਤਲਬ ਇੱਥੇ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਵੇਗੀ ਜਾਂ ਇਮੀਗ੍ਰੇਸ਼ਨ ਨਹੀਂ ਦਿੱਤੀ ਜਾਵੇਗੀ। ਅਤੇ ਇਹ ਮੈਂ ਦਰਸ਼ਕਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਫਿਲਹਾਲ ਦੀ ਘੜੀ ਸੋ ਫਾਰ ਡੈਮੋਕ੍ਰੈਟਸ ਦੇ ਪੂਰੇ ਯਤਨਾਂ ਦੇ ਨਾਲ, ਅਤੇ ਈਵਨ ਕਈ ਰਿਪਬਲਿਕਨਾਂ ਦੀ ਸਪੋਰਟ ਦੇ ਨਾਲ ਵੀ, ਜਿਹੜਾ ਨਾ ਆਪਾਂ ਕਵਰਡ ਕੈਲੀਫੋਰਨੀਆ ਜਾਂ ਬਾਮਾ ਕੇਅਰ ਲੈਂਦੇ ਹਾਂ, ਅਤੇ ਉਹਦੇ 'ਚ ਜਿਹੜੀ ਵੀ ਅਸਿਸਟੈਂਸ ਮਿਲਦੀ ਆ ਉਸ ਨੂੰ ਪਬਲਿਕ ਚਾਰਜ ਦੇ ਵਿੱਚੋਂ ਬਾਹਰ ਰੱਖਿਆ ਗਿਆ ਵਾ। ਸੋ ਜੇਕਰ ਤੁਸੀਂ ਫਿਲਹਾਲ ਹਾਂਜੀ, ਪਰ ਜੇ ਕੋਈ ਮੈਡੀਕਲ ਲੈਂਦਾ ਬਹੁਤ ਸਾਰੇ ਲੋਕ, ਤਾਂ ਉਹਨਾਂ ਨੂੰ ਇਹ ਸਮੱਸਿਆ ਆ ਸਕਦੀ ਹੈ ਜਿਹੜੀ ਤੁਸੀਂ ਦੱਸੀ ਹੈ, ਵੀ ਜੇ ਸਿਟੀਜ਼ਨਸ਼ਿਪ ਲੈਣੀ ਹੈ ਤਾਂ ਉਹ ਰੁਕ ਜਾਏਗੀ ਜਾਂ ਮਤਲਬ ਅੜ ਜਾਏਗੀ ਜਾਂ ਟਾਈਮ ਲੱਗੂ, ਕੀ? ਬਿਲਕੁਲ ਜੀ, ਉਹਦੇ ਹੁਣ ਪ੍ਰੋਸੀਜਰ ਇਹ ਨਹੀਂ ਪਤਾ ਆਪਾਂ ਨੂੰ ਵੀ ਕਿਵੇਂ ਉਹ ਉਹਨਾਂ ਨੇ ਇੰਪਲੀਮੈਂਟ ਕਰਨੇ ਨੇ, ਬਟ
ਇਧਰੋਂ ਐਡਮਿਨਿਸਟ੍ਰੇਸ਼ਨ ਵੱਲੋਂ ਐਗਜ਼ੀਕਿਊਟਿਵ ਆਰਡਰ ਜ਼ਰੂਰ ਪਾਸ ਕੀਤਾ ਗਿਆ ਬਈ ਜਿਹੜਾ ਵੀ ਕੋਈ ਪਬਲਿਕ ਚਾਰਜ ਲੈਂਦਾ ਉਸ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਰੁਕਾਵਟ ਆਵੇਗੀ। ਜੀ 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 ਬਹੁਤ ਵਧੀਆ ਸਵਾਲ, ਬਹੁਤ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ? ਬਹੁਤ ਵਧੀਆ ਜੀ, ਕੌਣ ਬੋਲਦੇ? ਮੈਂ ਟੋਨੀ ਬੋਲਦਾ ਜੀ, ਰਹਿਣ ਦੋ। ਜੀ ਜੀ, ਕੈਲੀਫੋਰਨੀਆ। ਟੋਨੀ ਜੀ? ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਟੋਨੀ ਸਾਹਿਬ? ਇਹ ਪੁੱਛਣਾ ਚਾਹੁੰਦੇ ਆ ਵੀ ਬਈ ਬੰਦੇ ਦੀ ਇਨਕਮ ਕਿੰਨੀ ਹੋਣੀ ਚਾਹੀਦੀ ਸਾਲ ਦੀ, ਜਿਹੜਾ ਕੁਆਲੀਫਾਈ ਕਰਤਾ ਤਾ ਕਵਰ ਕੈਲੀਫੋਰਨੀਆ। ਜਿਹੜਾ ਜੀ ਫਾਰਮੂਲਾ ਇਹ ਆ ਪਾਵਰਟੀ ਗਾਈਡਲਾਈਨਸ ਦੀ, ਜਿਹੜੀ ਇਨਕਮ ਆ ਉਹਨਾਂ ਦੀ, ਉਹਦੇ 130% ਤੋਂ ਲੈ ਕੇ 600% ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਕਵਰਡ ਕੈਲੀਫੋਰਨੀਆ। ਫੋਰ ਐਗਜ਼ਾਮਪਲ ਸਿੰਗਲ ਬੰਦਾ ਜਿਹੜਾ ਉਹ 18,000 ਤੋਂ ਲੈ ਕੇ 75,000 ਦੇ ਵਿੱਚ ਕੁਆਲੀਫਾਈ ਕਰ ਜਾਂਦਾ ਇਹਦੇ ਵਿੱਚ ਸਾਲ ਦੀ ਇਨਕਮ। ਫੈਮਿਲੀ ਹੋਣ, ਚਾਰ ਜੀ ਦੋ ਬੱਚੇ ਹੋਣ, ਦੋ ਚਾਰ ਜੀ ਜਿਹੜੇ ਜੀ ਉਹ ਅਪਰੋਕਸੀਮੇਟਲੀ 36,000 ਤੋਂ ਲੈ ਕੇ $150,000 ਤੱਕ 2020 ਦੇ ਵਿੱਚ ਉਹ ਕੁਆਲੀਫਾਈ ਕਰਨਗੇ ਜੀ। ਅੱਛਾ, ਫਿਰ ਉਹਦੇ ਵਿੱਚ ਕਿੰਨੀ ਪੇਮੈਂਟ ਹੋਊਗੀ ਉਹਦੇ ਨਾਲ? ਉਹ ਜੀ ਇਨਕਮ ਦੇ ਲੈਵਲ 'ਤੇ ਡਿਪੈਂਡ ਕਰੂਗਾ, ਮਤਲਬ ਉਹ ਪਲੱਗ ਇਨ ਕਰਕੇ ਦੇਖਿਆ ਜਾਊਗਾ ਵੀ ਤੁਹਾਡੀ ਕਿੰਨੀ ਇਨਕਮ ਆ ਅਤੇ ਮੈਂਬਰਸ ਦੀਆਂ ਏਜਸ ਕੀ ਨੇ, ਉਮਰਾਂ ਕਿੰਨੀਆਂ ਨੇ, ਉਹਦੇ ਹਿਸਾਬ ਨਾਲ ਫਿਰ ਉਹ ਡਿਸਾਈਡ ਹੁੰਦਾ ਜੀ। ਬਾਕੀ ਇਹਨਾਂ ਦਾ ਨੰਬਰ ਵੀ ਸਕਰੀਨ 'ਤੇ ਆ ਰਿਹਾ ਜੀ, ਤੁਸੀਂ ਉੱਤੇ ਲੰਬੀ ਗੱਲ ਕਰਨੀ ਤਾਂ ਉਸ ਨੰਬਰ 'ਤੇ ਫੋਨ ਕਰਕੇ ਦਿਨੇ ਕਰ ਲਿਓ। ਇੰਸ਼ੋਰੈਂਸ ਦੀ ਗੱਲ ਜਿਹੜੀ ਚੱਲਦੀ ਹੈ, ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਹੈਗੀ ਜ਼ਰੂਰੀ ਜਿਹੜੀ ਤੁਸੀਂ ਕਰਦੇ ਹੋ ਉਹਦੀ ਗੱਲ ਕਰਦੇ? ਅਸੀਂ ਜੀ ਤਕਰੀਬਨ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ, ਜਿਵੇਂ ਆਟੋ, ਹੋਮ, ਲਾਈਫ, ਬਿਜ਼ਨਸ ਜੀ, ਅਤੇ ਟਰੱਕਾਂ ਦੀ ਇੰਸ਼ੋਰੈਂਸ ਸਪੈਸ਼ਲਾਈਜ਼ ਕਰਦੇ ਹਾਂ, ਅਤੇ ਪਿਛਲੇ 15 ਸਾਲਾਂ ਤੋਂ ਕਹਿ ਲਓ ਵੀ ਅਸੀਂ ਇਸ ਖਿੱਤੇ ਦੇ ਵਿੱਚ ਸਾਰੀਆਂ ਜਿਹੜੀਆਂ ਇਹਦੇ 'ਚ ਜਿਹੜੀਆਂ ਇੱਧਰ ਮੇਰੇ ਖਿਆਲ ਲੋਕ ਕਰਾ ਲੈਂਦੇ ਸਾਰੀਆਂ ਜਿਹੜੀਆਂ, ਜਿੱਦਾਂ ਪੰਜਾਬ ਦੇ ਵਿੱਚ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਰਿਵਾਜ਼ ਹੀ ਹੈ ਨਹੀਂ, ਅਤੇ ਇੱਧਰ ਆਪਣੇ ਆਪ ਲੋਕ ਅਵੇਅਰ ਨਹੀਂ ਹੈਗੇ? ਇੱਥੇ ਕੁਛ ਆਪਣੇ ਆਪ ਵੀ ਅਵੇਅਰ ਨਹੀਂ, ਕੁਛ ਨਾ ਜੀ, ਇੱਥੇ ਆਪਾਂ ਇੰਡੀਆ 'ਚ ਕੋਈ ਵੀ ਚੀਜ਼ ਲੈਂਦੇ ਹਾਂ ਨਾ ਉਹ ਕੈਸ਼ ਹੁੰਦੀ ਹੈ, ਇੱਥੇ ਹਰ ਇੱਕ ਚੀਜ਼ 'ਤੇ ਲੋਨ ਹੁੰਦਾ। ਅੱਛਾ, ਤੁਸੀਂ ਘਰ ਲੈਂਦੇ ਹੋ ਉਹ 'ਤੇ ਵੀ ਲੋਨ ਆ, ਗੱਡੀ ਲੈਂਦੇ ਹੋ ਉਹ 'ਤੇ ਵੀ ਲੋਨ ਆ, ਅਤੇ ਕੋਈ ਟਰੱਕ ਲੈਂਦੇ ਹੋ ਉਹ 'ਤੇ ਵੀ ਲੋਨ ਆ। ਸੋ ਆ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜਾ ਤੁਹਾਨੂੰ ਲੋਨ ਦਿੰਦਾ ਬੈਂਕ, ਉਹ ਵੀ ਰਿਕੁਆਇਰ ਕਰਦੀ ਹੈ ਵੀ ਤੁਹਾਡੀ ਇੰਸ਼ੋਰੈਂਸ ਹੋਵੇ। ਅੱਛਾ ਜੀ, ਸੋ ਕੁਛ ਉਹਨਾਂ ਦੀਆਂ ਰਿਕੁਆਇਰਮੈਂਟਾਂ ਹੋ ਜਾਂਦੀਆਂ, ਕੁਛ ਅਵੇਅਰਨੈਸ ਵੀ ਹੋ ਜਾਂਦੀ ਹੈ। ਇੱਧਰ ਜਿੱਦਾਂ ਇੱਕ ਕ੍ਰੈਡਿਟ ਸਕੋਰ ਹੁੰਦਾ ਵੀ ਉਹਦਾ ਵੀ ਬਹੁਤ ਫਰਕ ਪੈਂਦਾ ਹਰ ਚੀਜ਼ 'ਤੇ, ਕ੍ਰੈਡਿਟ ਸਕੋਰ ਵੀ ਮੇਰੇ ਖਿਆਲ ਮੇਨਟੇਨ ਰੱਖਣਾ ਜ਼ਰੂਰੀ ਹੈ, ਕਿ ਵੱਖਰਾ ਸਵਾਲ ਹੈਗਾ ਸ਼ਾਇਦ ਇੰਸ਼ੋਰੈਂਸ ਨੂੰ? ਬਿਲਕੁਲ ਨਹੀਂ, ਉਹਦਾ ਵੀ ਇੰਸ਼ੋਰੈਂਸ ਨਾਲ ਸੰਬੰਧ ਹੈ, ਉਹਦਾ ਵੀ ਹੈ ਜੀ। ਉਹਦਾ ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਤੁਹਾਡੇ ਕ੍ਰੈਡਿਟ ਸਕੋਰ ਦਾ, ਇੰਡੀਵਿਜੁਅਲ ਸਕੋਰ ਦਾ, ਉਹਦੇ 'ਤੇ ਬਹੁਤ ਫਰਕ ਪੈਂਦਾ। ਅੱਛਾ ਜੀ, ਠੀਕ ਹੈ ਜੀ। ਉਹ ਉੱਥੋਂ ਤੁਹਾਡੀ ਹਿਸਟਰੀ ਦੇਖਦੇ ਵੀ ਤੁਸੀਂ ਪੇਮੈਂਟ ਕਿਵੇਂ ਕਰਦੇ ਹੋ, ਆਪਦੀਆਂ ਜਿਹੜੀਆਂ ਰੈਗੂਲਰ ਪੇਮੈਂਟਾਂ ਨੇ ਉਹ ਕਿੱਦਾਂ ਟਾਈਮਲੀ ਮੈਨਰ ਨਾਲ ਦਿੰਦੇ ਹੋ, ਤਾਂ ਉਹਦੇ ਤੁਹਾਨੂੰ ਬਹੁਤ ਸਾਰੀਆਂ ਕਮਰਸ਼ੀਅਲ ਇੰਸ਼ੋਰੈਂਸਾਂ ਦੇ ਵਿੱਚ ਉਹਦੇ ਡਿਸਕਾਊਂਟ ਮਿਲਦੇ ਨੇ ਫਿਰ। ਜੀ 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 ਜੀ, ਚਲੋ ਇਹ ਬੜੀ ਚੰਗੀ ਗੱਲ ਹੈ ਜੀ। ਅਤੇ ਅਨੁਭਵ ਜੀ, ਫਰਿੰਜ 'ਚ ਗਰਮੀ ਕਿਉਂ ਨਹੀਂ ਘਟਦੀ? ਸਾਨੂੰ ਤਾਂ ਮੌਸਮ ਠੀਕ ਲੱਗਦਾ ਇੱਥੇ। ਨਹੀਂ, ਇੱਥੇ ਤਾਂ ਗਰਮੀ ਕਾਫੀ ਲੱਗਦੀ, ਮੈਂ ਕਹਿੰਦਾ ਸੈਕਰਾਮੈਂਟੋ ਨੂੰ ਵੀ ਜ਼ਿਆਦਾ, ਨਿਊਯਾਰਕ ਤਾਂ ਹੁਣ ਕੋਟੀਆਂ ਪਾਈਆਂ ਹੋਈਆਂ ਸਭ ਨੇ, ਅਤੇ ਇੱਥੇ ਮੌਸਮ ਇੱਦਾਂ ਹੀ ਰਹਿੰਦਾ ਵੈਦਰ? ਹਾਂਜੀ, ਇੱਥੇ ਆਪਣਾ ਪੰਜਾਬ ਵਾਂਗੂ ਹੀ ਆ ਵੈਦਰ, ਜਦੋਂ ਪੰਜਾਬ 'ਚ ਸਰਦੀ ਹੈ ਉਦੋਂ ਇੱਥੇ ਸਰਦੀ ਹੈ, ਜਦੋਂ ਪੰਜਾਬ 'ਚ ਗਰਮੀ ਹੈ ਇੱਥੇ ਗਰਮੀ ਹੈ। ਇੱਥੇ ਵੀ ਹੋਈ ਸਾਨੂੰ ਸਾਡੇ ਇਹ ਜੜ੍ਹਾਂ ਨਾਲ ਜੋੜ ਕੇ ਰੱਖਦਾ ਹੈ। ਇੱਥੇ ਫਰਿੱਜ ਨੂੰ ਜਾ ਕੇ ਇੱਕ ਚੀਜ਼ ਹੋਰ ਜਿਹੜੀ ਵਧੀਆ ਲੱਗਦੀ ਨਾ, ਪੰਜਾਬ ਵਰਗੀ ਲੱਗਦੀ ਹੈ, ਜਿਵੇਂ ਪੰਜਾਬ ਜਾਓ ਅਤੇ ਹਜੇ ਪੰਜਾਬ ਦੇ ਵਿੱਚ ਵੜੋ ਹੀ ਤਾਂ ਮਿੱਟੀ ਉੱਡ ਕੇ ਆਉਂਦੀ, ਜੱਫੀ ਪਾਉਂਦੀ ਭੱਜ ਕੇ, ਵਤਨ ਦੀ ਮਿੱਟੀ ਜਿਹਨੂੰ ਅਸੀਂ ਕਹਿੰਦੇ ਹਾਂ। ਇੱਥੇ ਫਰਿੰਜ ਦੇ ਵਿੱਚ ਵੀ ਖੇਤੀਬਾੜੀ ਕਰਕੇ ਅਤੇ ਕਾਫੀ ਜ਼ਿਆਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਪੰਜਾਬ ਵਰਗਾ, ਅਤੇ ਐਨਕਾਂ ਲਾ ਕੇ ਚੱਲਣਾ ਪੈਂਦਾ ਇੱਥੇ ਵੀ ਜਦੋਂ ਹਵਾ ਚੱਲਦੀ ਮਾੜੀ ਮੋਟੀ। ਅਤੇ ਹੋਰ ਇੰਸ਼ੋਰੈਂਸ ਜੀ, ਆਟੋ ਇੰਸ਼ੋਰੈਂਸ ਦੀ ਗੱਲ ਕਰੀ, ਤੁਸੀਂ ਕਵਰਡ ਕੈਲੀਫੋਰਨੀਆ ਮੋਸਟਲੀ ਦੇਖਦੇ ਹੋ? ਮੈਂ ਹੈਲਥ ਇੰਸ਼ੋਰੈਂਸ ਸਿਰਫ ਕਵਰਡ ਕੈਲੀਫੋਰਨੀਆ ਮੈਡੀਕਲ ਦੇ ਵਿੱਚ ਹੀ ਕਰਦੀ। ਅੱਛਾ, ਅਤੇ ਇਹਦੇ ਬਾਰੇ ਤੁਸੀਂ ਜ਼ਰੂਰ ਕੁਛ ਹੋਰ ਗੱਲ ਜਿਹੜੀ ਦੱਸੋ ਜਿਹੜੀ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ। ਇੱਕ ਤਾਂ ਇਹ ਪੈਨਲਟੀ ਵਾਲੀ ਗੱਲ ਜਿਹੜੀ ਉਹ ਅਸੀਂ ਵਾਰ ਵਾਰ ਕਹਿੰਦੇ, ਜਿਹੜੀ ਸ਼ਾਇਦ ਹਜੇ ਬਾਹਲੇ ਲੋਕਾਂ ਨੂੰ ਨਹੀਂ ਪਤਾ। ਹਾਂਜੀ, ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਕਵਰਡ ਕੈਲੀਫੋਰਨੀਆ ਦੇ ਵੱਲੋਂ ਚਿੱਠੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ, ਉਹ ਬਹੁਤ ਜ਼ਿਆਦਾ ਚਿੱਠੀਆਂ ਭੇਜਦੇ ਨੇ, ਅਤੇ ਅਕਸਰ ਜਦੋਂ ਆਪਾਂ ਨੂੰ ਬਹੁਤ ਸਾਰੀਆਂ ਚਿੱਠੀਆਂ ਆਉਂਦੀਆਂ ਆਪਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਕਿ ਸੇਮ ਚੀਜ਼ ਵਾਰ ਵਾਰ ਭੇਜੀ ਜਾਂਦੇ ਨੇ, ਪਰ ਬਹੁਤ ਜ਼ਰੂਰੀ ਹੈ ਕਿ ਸਾਰੇ ਲੈਟਰਸ ਧਿਆਨ ਨਾਲ ਪੜ੍ਹੀਏ ਆਪਾਂ, ਕਿਉਂਕਿ ਹਰ ਲੈਟਰ ਦੇ ਵਿੱਚ ਉਹ ਪਹਿਲੇ ਪੇਜ 'ਤੇ ਨਹੀਂ ਕਿਤੇ ਪਿੱਛੇ ਜਾ ਕੇ ਉਹਨਾਂ ਨੇ ਆਪਣੇ ਤੋਂ ਡਾਕੂਮੈਂਟਸ ਮੰਗੇ ਹੁੰਦੇ ਆ। ਜੇ ਆਪਾਂ ਨਹੀਂ ਭੇਜਦੇ ਉਹਨਾਂ ਨੂੰ ਟਾਈਮ 'ਤੇ, ਪਾਲਿਸੀਜ਼ ਕੈਂਸਲ ਹੋ ਜਾਂਦੀਆਂ ਨੇ, ਫਿਰ ਇੱਕ ਸਾਲ ਲਈ ਉਹਨਾਂ ਦੇ ਗਾਈਡਲਾਈਨਸ ਦੇ ਅਕੋਰਡਿੰਗ ਇੰਸ਼ੋਰੈਂਸ ਨਹੀਂ ਹੁੰਦੀ। ਅੱਛਾ, ਫਿਰ ਉਸ ਚੀਜ਼ ਦੀ ਪੈਨਲਟੀ ਪੈਂਦੀ ਹੈ ਕਿ ਤੁਹਾਡੇ ਕੋਲ 1 ਸਾਲ ਇੰਸ਼ੋਰੈਂਸ। ਬਹੁਤ ਬਹੁਤ ਬਰੀਕੀ ਵਾਲੇ ਕੰਮ ਨੇ। ਇੱਕ ਬ੍ਰੇਕ ਲੈਣੀ ਪੈਗੀ ਜੀ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਬਾਤਾਂ ਇੰਸ਼ੋਰੈਂਸ ਬਾਰੇ, ਨਾਲ ਦੇ ਨਾਲ ਹੋਰ ਵੀ ਇੱਥੋਂ ਦੀਆਂ ਫਰਿੰਜੋ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਫਿਲਹਾਲ ਬ੍ਰੇਕ, ਦੇਖਦੇ ਰਹੋ ਜਸ ਪੰਜਾਬੀ।
तो बाद हाजिर है जी एक बार फिर जगदीप सिंह होना दे ऑफिस तो जे एस ट्रक इंश्योरेंस एजेंसी तो और कल जी ब्रेक के आईया वो प्रसाद वो बंदे देने वास्ते ज़्यादा आईया तो इंश्योरेंस बारे सवाल पूछने वास्ते घट आईया साढ़े हूँ जुड़े ने जगदीप सिंह इंद्रदीप सिंह जी। हाँ जी भाजी की हाल चाल है? वधिया भाई तुसी सुनाओ की हाल? बहुत वधिया। ते तुसी कादा काम देखदे हो? मैं भाजी ट्रकिंग डिपार्टमेंट सी अपने रिन्यूअल डिपार्टमेंट। अच्छा जी, ते जमा राजवीर जी बंदा नहीं लगता जी जिवें कच्चा तोड़ लिया हुंदा? हां जी जी। ते फिल्मां फुल्मां दा वी है शौक? नहीं नहीं भाई। अच्छा, ते इक दी काल इक दी लै लईए ते फिर जरूर आपां गलबात करदे। हैलो। हां जी हां जी जगी भाजी। हां जी हां जी सत श्री अकाल जी। ਸਤਿ ਸ਼੍ਰੀ ਅਕਾਲ ਭਾਜੀ, ਮੈਂ ਬੱਬੂ ਗੁਰਪਾਲ ਬੋਲ ਰਿਹਾ ਜੀ। ਜੀ ਜੀ ਬੱਬੂ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਜੀ? ਸਤਿ ਸ਼੍ਰੀ ਅਕਾਲ ਜੱਗੀ ਭਾਜੀ, ਥੈਂਕ ਯੂ ਸੋ ਮੱਚ, ਤੁਹਾਡਾ ਫਰਿਜ਼ਨੋ ਦੇ ਵਿੱਚ ਵੈਲਕਮ ਹੈ। ਵੈਸੇ ਤੁਸੀਂ ਕੈਲੀਫੋਰਨੀਆ 'ਚ ਹੀ ਹੋ? ਹਾਂਜੀ ਹਾਂਜੀ ਹਾਂਜੀ। ਅਤੇ ਮੈਂ ਪ੍ਰੋਗਰਾਮ ਜੀ ਮੈਂ ਐਕਚੁਅਲੀ ਪ੍ਰੋਗਰਾਮ ਆਪਣੇ ਮਦਰ ਦੇ ਨਾਲ ਘਰ ਬੈਠੇ ਦੇਖ ਰਹੇ ਸੀ। ਅੱਛਾ ਜੀ। ਅਤੇ ਸਭ ਤੋਂ ਪਹਿਲਾਂ ਆਪਣੇ ਭਾਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਗਦੀਪ ਭਾਜੀ, ਜਗਦੀਪ ਭਾਜੀ ਨੂੰ ਇਹ ਇੰਨੇ ਕੁ ਵਧੀਆ ਇਨਸਾਨ ਨੇ ਜੀ, ਇਜ਼ ਵੈਰੀ ਹੰਬਲ ਪਰਸਨ। ਇਹਨਾਂ ਦਾ ਜਿਹੜਾ ਆਫਿਸ ਹੈ, ਮੈਨੂੰ 4 ਸਾਲ ਪਹਿਲਾਂ ਉੱਥੇ ਜਾਣ ਦਾ ਮੌਕਾ ਮਿਲਿਆ ਸੀ ਅਤੇ ਇਹਨਾਂ ਦਾ ਸਟਾਫ ਇੰਨਾ ਕੁ ਪ੍ਰੋਫੈਸ਼ਨਲ ਹੈ, ਇਹ ਨਾ ਸਮਝੋ ਕਿ ਮੈਨੂੰ ਇਹਨਾਂ ਨੇ ਕਾਲ ਕੀਤੀ ਔਰ ਮੈਂ ਕਾਲ ਬੈਕ ਕਰ ਰਿਹਾ, ਮੇਰਾ ਦਿਲ ਕਰਦਾ ਸੀ ਕਿ ਮੈਂ ਕਾਲ ਕਰਾਂ। ਬੜੀ ਚੰਗੀ ਗੱਲ ਹੈ। ਸੋ ਇਹਨਾਂ ਦੇ ਕੋਲ ਜਿਹੜਾ ਵੀ ਬੰਦਾ ਜਾਏਗਾ, ਹੀ ਇਜ਼ ਵੈਰੀ ਹੈਲਪਫੁਲ ਪਰਸਨ ਅਤੇ ਵੈਰੀ ਓਪਨ ਪਰਸਨ ਅਤੇ ਬੜੇ ਨਿੱਘੇ ਸੁਭਾਅ ਦੇ ਇਨਸਾਨ ਨੇ। ਸੋ ਇਹਨਾਂ ਦਾ ਮਤਲਬ ਇਹ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਜਿਹੜੇ ਆਫਿਸ ਬੈਠੇ ਸੀ। ਥੈਂਕ ਯੂ ਜੀ, ਥੈਂਕ ਯੂ। ਇੱਕ ਤਾਂ ਅਵੇਅਰ ਕਰਨ ਦੀ ਬੱਬੂ ਭਾਜੀ ਲੋੜ ਸੀਗੀ ਇਹ, ਕਿਉਂਕਿ ਮੈਨੂੰ ਅਸੀਂ ਵੀ ਨਿਊਯਾਰਕ ਤੋਂ ਆਏ ਹਾਂ ਅਤੇ ਮੈਨੂੰ ਵੀ ਇੱਥੋਂ ਇੰਸ਼ੋਰੈਂਸ ਦੇ ਇਲਾਜ ਜਿਵੇਂ ਪਤਾ ਨਹੀਂ ਸੀ ਹੈਗੇ। ਫਿਰ ਅਸੀਂ ਕਿਹਾ ਵੀ ਕਿਉਂ ਨਾ ਸਾਰੀ ਜਿਹੜੇ ਸਾਡੇ ਕੈਲੀਫੋਰਨੀਆ ਨਿਵਾਸੀ ਨੇ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕੀਤਾ ਜਾਵੇ, ਦੱਸਿਆ ਜਾਵੇ ਇਹ ਅਸੀਂ ਅਸੀਂ ਥੋੜ੍ਹਾ ਮਤਲਬ ਕਿ ਅਣਗਹਿਲੀ ਕਰ ਜਾਂਦੇ ਕਈ ਵਾਰੀ ਅਤੇ ਬਾਅਦ ਦੇ ਵਿੱਚ ਬੜਾ ਭੁਗਤਣਾ ਪੈਂਦਾ। ਸਾਨੂੰ ਬਹੁਤਿਆਂ ਨੂੰ ਇਹ ਜਿਹੜੇ ਲਾਜ ਨੇ ਜੀ ਇਹਨਾਂ ਦਾ ਪਤਾ ਨਹੀਂ ਗਾ। ਸੋ ਅਸੀਂ ਜਕਦੇ ਕਿਸੇ ਅੱਗੇ ਗੱਲ ਵੀ ਨਹੀਂ ਕਰਦੇ, ਪਰ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਦੇ ਆਫਿਸ 'ਚ ਜਾ ਕੇ ਬੇਝਿਜਕ ਹੋ ਕੇ ਇਹ ਕਿਸੇ ਦੀ ਜਿਹੜੀ ਹੈ ਕੌਨਫੀਡੈਂਸ਼ਲ ਇਨਫੋਰਮੇਸ਼ਨ ਹੈ ਬੜੇ ਪਿਆਰ ਨਾਲ ਸੁਣਦੇ ਨੇ ਔਰ ਬੜੇ ਤਰੀਕੇ ਦੇ ਨਾਲ ਇਹ ਆਪਣਾ ਬਿਜ਼ਨਸ ਕਰ ਰਹੇ ਨੇ। ਇਜ਼ ਵੈਰੀ ਹੈਲਪਫੁਲ ਪਰਸਨ। ਬਿਲਕੁਲ ਜੀ, ਸਟਾਫ ਵੀ ਸਾਰਾ ਬਹੁਤ ਵਧੀਆ ਅਤੇ ਬਹੁਤ ਵਧੀਆ ਮਾਹੌਲ ਇੱਥੇ ਹੈਗਾ, ਅਸੀਂ ਵੀ ਆਉਂਦੇ ਜਾਂਦੇ। ਜੀ ਜੀ, ਬਹੁਤ ਮਿਹਰਬਾਨੀ ਬੱਬੂ ਭਾਈ ਤੁਹਾਡੀ। ਥੈਂਕ ਯੂ ਭਾਜੀ, ਥੈਂਕ ਯੂ ਜਗਦਾਰ ਭਾਜੀ, ਥੈਂਕ ਯੂ ਜਗਦੀਪ ਭਾਜੀ, ਥੈਂਕ ਯੂ। ਅਤੇ ਹਾਂਜੀ ਆਪਣਾ ਇੰਦਰ ਭਾਜੀ। ਹਾਂਜੀ। ਅਤੇ ਕੀ ਆਪਾਂ ਟਰੱਕ ਇੰਸ਼ੋਰੈਂਸ ਦੀ ਗੱਲ ਕਰ ਰਹੇ ਸੀ, ਜਿਵੇਂ ਹੁਣ ਤੁਹਾਡਾ ਵੀ ਹੁਣ ਜੇ ਐਸ ਟਰੱਕ ਇੰਸ਼ੋਰੈਂਸ ਏਜੰਸੀ ਦਾ ਹੋ ਗਿਆ। ਹਾਂਜੀ। ਅਤੇ ਇਹਦੇ ਵਾਸਤੇ ਕੀ ਜ਼ਰੂਰੀ ਹੈਗਾ, ਰਿਨਿਊ ਕਰਾਉਣੀ ਹੋਵੇ ਉਹਦੇ ਵਾਸਤੇ ਕੀ ਕਰਨਾ ਹੁੰਦਾ ਸਾਡੇ ਪੰਜਾਬੀਆਂ ਨੂੰ, ਅਤੇ ਜਾਂ ਨਵੀਂ ਕਰਾਉਣੀ ਹੋਵੇ ਤਾਂ ਉਹਦੇ ਵਾਸਤੇ ਕੀ ਕਰਨਾ? ਮੋਸਟ ਇਹ ਭਾਜੀ ਆਪਣੇ ਕੋਲ ਜਿੰਨੀ ਆਪਾਂ ਟਰੈਕਿੰਗ ਦੇ ਰਿਨਿਊ ਕਰਾਉਂਦੇ ਹਾਂ ਅਤੇ ਉਹਦੇ ਕੋਲ ਆਪਣੇ ਕੋਲ ਪਹਿਲਾਂ ਇਨਫੋਰਮੇਸ਼ਨ ਹੁੰਦੀ ਹੈ, ਲਾਸਟ ਈਅਰ ਆਪਣੇ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਉਹਨਾਂ ਦੀ, ਤਾਂ ਉਹਨਾਂ ਦੀ ਆਪਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਦੀ ਲੋੜ ਨਹੀਂ ਪੈਂਦੀ ਜੀ। ਉਹਨਾਂ ਦੇ ਜਸਟ ਉਹਨਾਂ ਦੇ ਕੋਈ ਕਲੇਮਸ ਵਗੈਰਾ ਨਾ ਹੋਏ ਹੁਣ ਲਾਸਟ ਈਅਰ ਅਤੇ ਉਹਨਾਂ ਦਾ ਰੈਕਡ ਠੀਕ ਹੋਵੇ ਤਾਂ ਇੰਸ਼ੋਰੈਂਸ ਉਹਨਾਂ ਦੀ ਐਸ ਇਟ ਇਜ਼ ਵਧੀਆ ਚੱਲਦੀ ਰਹਿੰਦੀ। ਜੀ ਜੀ ਜੀ। ਜੇ ਆਪਾਂ ਨਵੀਂ ਇੰਸ਼ੋਰੈਂਸ ਲੈਂਦੇ ਹਾਂ ਉਹਦੇ ਲਈ ਆਪਾਂ ਨੂੰ ਐਟਲੀਸਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਅੱਛਾ। ਟਰੈਕਿੰਗ ਕੰਪਨੀ ਆਪਣੀ ਨਵੀਂ ਦੀ ਉਹ ਨਵੀਂ ਕੰਪਨੀ ਦੇ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਅਤੇ ਰੈਕਡ ਵਧੀਆ ਹੋਣਾ ਚਾਹੀਦਾ, ਰੈਕਡ 'ਤੇ ਟਿਕਟਾਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਉਹਨਾਂ ਨੂੰ ਵਧੀਆ ਕੈਰੀਅਰ ਦੀ ਆਪਾਂ ਨੂੰ ਇੰਸ਼ੋਰੈਂਸ ਪ੍ਰੋਵਾਈਡ ਕਰਾ ਸਕਦੇ ਹਾਂ। ਜੀ ਬਿਲਕੁਲ ਬਿਲਕੁਲ। ਚਲੋ ਹੋਰ ਵੈਸੇ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ? ਹੁਣ ਜਿੱਦਾਂ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਗੱਡੀਆਂ ਦੀ ਇੰਸ਼ੋਰੈਂਸ ਵਗੈਰਾ ਜਾਂ ਇੱਕ ਥਰਡ ਪਾਰਟੀ ਹੋ ਜਾਂਦੀ, ਇੱਕ ਫਸਟ ਪਾਰਟੀ, ਕੀ ਕੁਛ ਹੁੰਦਾ ਇੱਧਰ ਵੀ ਇੱਦਾਂ ਦਾ ਕੁਛ ਹੈਗਾ ਗੱਡੀਆਂ ਦਾ ਜਾਂ ਟਰੱਕਾਂ ਦਾ? ਨਹੀਂ ਭਾਜੀ, ਟਰੱਕਾਂ ਦਾ ਇੱਧਰ ਦੀ ਇੱਕ ਸਿਰਫ ਆਪਣੀ ਉਹੀ ਚੱਲਦੀ ਹੈ ਆਪਣੀ ਜਿਹੜੀ ਇੰਸ਼ੋਰੈਂਸ ਆ ਸਾਰਿਆਂ ਲਈ ਸੇਮ ਹੀ ਹੈ ਆਪਣੀ, ਤਾਂ ਉਹਨਾਂ ਲਈ ਆਪਣੀ ਰੈਕਡ ਵਧੀਆ ਹੋਵੇ ਸਾਰਿਆਂ ਦਾ ਮੇਸ ਲਾਗ ਲਈ ਹੀ ਹੈ, ਕੋਈ ਟਿਕਟਾਂ ਵਗੈਰਾ ਨਾ ਹੋਣ, ਕਿਉਂਕਿ ਅੱਜ ਤੱਕ ਤੁਹਾਨੂੰ ਪਤਾ ਹੀ ਹੈ ਜੀ ਡਰਾਈਵਿੰਗ ਦੀ ਜਿਹੜੀ ਆਪਣੇ ਮੋਬਾਈਲ ਦੀ ਮੇਜਰ ਟਿਕਟ ਆ, ਮੋਬਾਈਲ ਫੋਨ ਆਪਾਂ ਯੂਜ਼ ਕਰਦੇ ਹਾਂ, ਸੋ ਮੇਨ ਉਹਨਾਂ ਦੇ ਰੈਕਡ ਦੇ ਉੱਤੇ ਡਿਪੈਂਡ ਹੈ ਸਰ ਜੀ। ਅੱਛਾ ਜਗਦੀਪ ਭਾਜੀ, ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਘਰਾਂ 'ਚ ਬੈਠੇ ਉਹਨਾਂ ਨੂੰ ਇਹ ਜ਼ਰੂਰ ਹੁੰਦਾ ਜਾਣਨ ਦਾ, ਫਿਰ ਆਪਸ ਵਿੱਚ ਗੱਲਾਂ ਵੀ ਕਰਦੇ ਨੇ ਕਿ ਅੱਛਾ ਇਹ ਤਾਂ ਆਪਣੇ ਪਿੰਡ ਦੇ ਨਾਲ ਪਿੰਡ ਆ ਇਹਨਾਂ ਦਾ ਅਤੇ ਇਹ ਉਹ ਆ ਉਹ ਆ, ਅਤੇ ਪਹਿਲਾਂ ਤਾਂ ਇਹ ਦੱਸੋ ਕਿਹੜਾ ਪਿੰਡ ਪੈਂਦਾ ਪੰਜਾਬ ਤੋਂ ਅਤੇ ਕਿੰਨੀ ਕੁ ਦੇਰ ਬਾਅਦ ਚੱਕਰ ਲੱਗਦਾ? ਪਿੰਡ ਜੀ ਚੁਪਕੀ ਪਿੰਡ ਆ, ਲੁਧਿਆਣੇ ਜ਼ਿਲ੍ਹੇ 'ਚ ਪੈਂਦਾ, ਆਪਣੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਨਾਲ ਹੀ, ਉਹ ਤੋਂ 2 ਕਿਲੋਮੀਟਰ ਅੱਗੇ ਆ ਜੀ। ਅਤੇ ਚੱਕਰ ਜਗਤਾਰ ਭਾਜੀ ਇਹੋ ਜਿਹੇ ਚੱਕਰ 'ਚ ਪਏ ਆ ਇੱਥੇ ਆ ਕੇ, ਹੁਣ ਘੱਟ ਜਾ ਹੁੰਦਾ, ਘੱਟ ਜਾ ਹੁੰਦਾ ਬਹੁਤ ਜ਼ਿਆਦਾ। ਅਤੇ ਵੈਸੇ ਚਲੋ ਪਿੰਡ ਸ਼ਰਾਰਤੀ ਤਾਂ ਘੱਟ ਹੀ ਲੱਗਦੇ ਪਹਿਲਾਂ ਨਿੱਕੇ ਹੁੰਦੇ। ਨਹੀਂ ਜੀ, ਬਸ ਉਹ ਕਹਿ ਲਓ ਵੀ 2-4 ਕੁ ਪੜ੍ਹਨ ਵਾਲਿਆਂ ਨੇ ਅੱਜ ਬੈਠੇ ਰਹੀਦਾ ਜੀ। ਠੀਕ ਹੈ ਠੀਕ ਹੈ। ਨਹੀਂ ਚਲੋ, ਬਹੁਤ ਵਧੀਆ ਮਾਹੌਲ ਇੱਥੇ ਹੈਗਾ, ਨਾਲੇ ਅਵੇਅਰ ਕਰਨ ਦੀ ਗੱਲ ਕਰਦੇ ਇੱਕ ਵਾਰੀ ਕਵਰਡ ਕੈਲੀਫੋਰਨੀਆ ਜਿਹੜੀ ਅਸੀਂ ਜ਼ਰੂਰ ਦੁਬਾਰਾ ਬਾਰ ਬਾਰ ਗੱਲ ਕਰਨੀ ਚਾਹੁੰਦੇ ਹਾਂ, ਕਿਉਂਕਿ ਉਸ ਕਵਰਡ ਕੈਲੀਫੋਰਨੀਆ ਇੱਕ ਐਸੀ ਚੀਜ਼ ਜਿਹੜੀ ਹੈਗੀ ਖਾਸ ਤੌਰ 'ਤੇ ਕੈਲੀਫੋਰਨੀਆ ਨਿਵਾਸੀਆਂ ਵਾਸਤੇ ਬੜੀ ਅਹਿਮ ਚੀਜ਼ ਹੈਗੀ ਆ। ਇਹ ਮੈਂ ਵੀ ਅੱਜ ਮਹਿਸੂਸ ਕੀਤੀ ਇਹ ਚੀਜ਼ ਬਿਲਕੁਲ ਅਹਿਮ ਹੈਗੀ ਆ। ਦੂਜੀ ਜਿਹੜੇ ਸਾਡੇ ਬਹੁਤ ਸਾਰੇ ਭੈਣ ਭਰਾ ਦੋਸਤ ਮਿੱਤਰ
ਮੈਡੀਕਲ 'ਤੇ ਨੇ, ਜਿਹੜੇ ਕਿ ਇਨਕਮ ਹੁੰਦੇ ਹੋਏ ਵੀ ਉਹ ਮੈਡੀਕਲ 'ਤੇ ਸੀਗੇ, ਅਤੇ ਉਹਨਾਂ ਵਾਸਤੇ ਵੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਭਾਈ ਪਹਿਲਾਂ ਜਿਹੜਾ ਕੰਮ ਸੀਗਾ ਉਹ ਚੱਲ ਗਿਆ, ਹੁਣ ਇਹ ਵੀ ਕੰਮ ਬੜਾ ਔਖਾ ਹੋ ਜਾਣਾ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ ਜੀ, ਜੇ ਤਾਂ ਤੁਹਾਨੂੰ ਐਬਸੋਲੂਟਲੀ ਨੀਡ ਆ, ਮਤਲਬ ਤੁਸੀਂ ਵਾਕਈ ਤੁਹਾਡੀ ਇਨਕਮ ਹੈ ਨਹੀਂ ਅਤੇ ਤੁਸੀਂ ਕਮਾਉਣੇ ਹੀ ਘੱਟ ਹੋ, ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਦੇ ਹੋ, ਫਿਰ ਤਾਂ ਚਲੋ ਠੀਕ ਆ, ਉਹ ਆਪਾਂ ਨੂੰ ਪਤਾ ਵੀ ਤੁਸੀਂ ਫਾਈਨੈਂਸ਼ਲੀ ਨਹੀਂ ਅਫੋਰਡ ਕਰ ਸਕਦੇ। ਬਟ ਜੇਕਰ ਆਪਣਾ ਬਿਜ਼ਨਸ ਹੈ ਅਤੇ ਆਪਾਂ ਖਰਚੇ ਪਾ ਪਾ ਕੇ ਇਨਕਮ ਘਟਾਉਂਦੇ ਹਾਂ ਅਤੇ ਫਿਰ ਉਹ ਮੈਂ ਰਿਕਮੈਂਡ ਨਹੀਂ ਕਰੂੰਗਾ, ਸਗੋਂ ਤਾਂ ਆਪਣੀ ਸਹੀ ਇਨਕਮ ਦਿਖਾਓ ਅਤੇ ਸਹੀ ਢੰਗ ਨਾਲ ਆਪਦਾ ਟੈਕਸ ਫਾਈਲ ਕਰਕੇ ਅਤੇ ਵਧੀਆ ਇੰਸ਼ੋਰੈਂਸ ਲਓ ਜੀ। ਬਿਲਕੁਲ, ਗੱਲਾਂ ਪਤਾ ਚੱਲ ਰਹੀਆਂ ਨੇ, ਇੱਕ ਬ੍ਰੇਕ ਸਾਨੂੰ ਹੋਰ ਲੈਣੀ ਪਏਗੀ, ਅਤੇ ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਅਸੀਂ ਮਹਿਮਾਨਾਂ ਵਿੱਚ ਵੀ ਜਾਈਏ, ਇੱਥੇ ਸਾਰੇ ਮਹਿਮਾਨ ਆਏ ਹੋਏ ਨੇ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਮੈਂ ਕਿਹਾ ਮਹਿਮਾਨ ਗੁੱਸਾ ਨਾ ਕਰ ਜਾਣ, ਅਸੀਂ ਪਹਿਲਾਂ ਇੱਕ ਫਰਿੰਜ ਵਿੱਚ ਪ੍ਰੋਗਰਾਮ ਕੀਤਾ ਸੀਗਾ ਅਤੇ ਉਹ ਬੀਬੀ ਮੈਂ ਗੁੱਸਾ ਕਰ ਗਏ ਸੀ, ਅਸੀਂ ਮਹਿੰਗੇ ਮਹਿੰਗੇ ਸੂਟ ਪਾ ਕੇ ਆਈਆਂ ਅਤੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਤੁਸੀਂ ਜਗਦੀਪ ਭਾਜੀ ਦੇ ਵਾਈਫ ਆ? ਮੈਂ ਵੀ ਕਹਾਂ ਡਰੇ ਡਰੇ ਕਿਉਂ ਬੈਠੇ, ਪਰ ਤੁਸੀਂ ਤਾਂ ਇੱਥੇ ਹੀ ਮੇਰੇ ਖਿਆਲ ਨਾਲ ਹੀ ਕਰਦੇ ਹੋ ਕੰਮ। ਹਾਂ, ਇਹ ਵਧੀਆ ਜੀ, ਲੜਨਾ ਲੜਨਾ ਹੋਇਆ ਇੱਥੇ ਲੜ ਰਿਹਾ, ਘਰੇ ਜਾ ਕੇ ਫਿਰ ਬਚਾ ਹੋ ਜਾਂਦਾ। ਤੇ ਅੱਛਾ ਜੀ, ਕਿਵੇਂ ਚੱਲ ਰਿਹਾ ਇੱਥੇ ਕੰਮ ਕਰ ਸਕਦਾ? ਬਹੁਤ ਵਧੀਆ, ਬਿਜ਼ੀ ਰਹਿੰਦੇ ਆ। ਬਿਜ਼ੀ ਰਹਿੰਦੇ, ਚਲੋ ਬਸ ਚੰਗੀ ਗੱਲ ਹੈ ਜੀ, ਬਿਜ਼ੀ ਰਹਿਣਾ ਚਾਹੀਦਾ। ਅਤੇ ਬਾਕੀ ਜਗਦੀਪ ਭਾਅ ਜੀ ਦਾ ਬਹੁਤ ਵਧੀਆ ਸਾਰੇ ਹੈਗਾ ਅਸਰ ਸੂਪ। ਹਾਂਜੀ, ਤੁਹਾਡਾ ਨਾਮ ਦੱਸ ਦਿਓ ਕੱਲਾ। ਸ਼ਰਨਜੀਤ। ਅੱਛਾ ਜੀ, ਬਹੁਤ ਸੋਹਣਾ ਨਾਮ। ਹੈਲੋ, ਹਾਂਜੀ, ਤੁਹਾਡਾ? ਰਸਲੀਨ। ਰਸਲੀਨ 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 ਵੈਸਲੀਨ ਰਸਲੀਨ ਦੱਸੋ, ਇਹ ਦੰਦਾਂ ਨੂੰ ਕੀ ਕਿਹਾ, ਲੋਕ ਲਵਾਇਆ ਹੋਇਆ ਕੀ ਹੈ? ਬ੍ਰੇਸਿਸ। ਇਹ ਭੱਜ ਜਾਂਦੇ ਦੰਦ? ਹਾਂਜੀ, ਰੇਸ ਲਾਉਂਦੇ ਆ ਤਾਂ ਕਰਕੇ ਰਾਤ ਨੂੰ ਭੱਜ ਜਾਂਦੇ ਆ। ਮੈਂ 7ਵੀਂ ਚ ਆ। 7ਵੀਂ ਚ? ਕਿੰਨੇ ਸਾਲ ਹੋ ਗਏ? ਮੈਂ 12 ਸਾਲ ਦੇ। 12 ਸਾਲ 7ਵੀਂ ਚ ਹੋ ਗਏ? ਅੱਛਾ, ਵੈਰੀ ਨਾਈਸ। ਸੱਚ 12 ਸਾਲ ਦੀ ਹੁੰਦਾ? ਹਾਂ ਹਾਂਜੀ। ਤੁਹਾਡਾ ਨਾਮ ਦੱਸੋ। ਹਰਦੀਪ। ਹਰਦੀਪ ਜੀ, ਹਾਂਜੀ, ਤੁਸੀਂ ਵੀ ਇੱਥੇ ਕੰਮ ਕਰਦੇ ਹੋ? ਹਾਂਜੀ। ਤੇ ਕਿਹੜਾ ਡਿਪਾਰਟਮੈਂਟ ਤੁਹਾਡਾ? ਟਰੈਕਿੰਗ ਡਿਪਾਰਟਮੈਂਟ। ਟਰੈਕਿੰਗ ਹੀ ਹੈ ਜੀ? ਟਰੱਕ ਚਲਾ ਵੀ ਲੈਨੇ ਹੋ? ਨਹੀਂ ਜੀ। ਅੱਛਾ, ਵੈਸੇ ਹੀ ਆ, ਤੁਹਾਨੂੰ ਦੇਖ ਕੇ ਟਰੱਕ ਵੈਸੇ ਆਪੇ ਚੱਲ ਜਾਣਾ ਤੁਹਾਨੂੰ। ਚਲੋ ਜੀ, ਹਾਂ, ਟਰੈਕਿੰਗ ਦੀ ਇੰਸ਼ੋਰੈਂਸ ਤੁਸੀਂ ਕਰਦੇ, ਵਧੀਆ, ਇਹ ਵੀ ਸਾਰਾ ਕੰਮ ਬਹੁਤ ਵਧੀਆ ਤੁਹਾਡਾ। ਹਾਂਜੀ, ਥੈਂਕ ਯੂ ਜੀ। ਹਾਂਜੀ, ਜਗਮਿੰਦਰ। ਮੈਂ ਡਰਾਈ ਦਿੱਤਾ ਤੁਸੀਂ, ਮੈਂ ਮੈਂ ਕਿਹਾ ਮੈਨੂੰ ਕੀ ਕਹਿਣ ਲੱਗੇ। ਹਾਂਜੀ, ਕੀ ਇੱਥੇ ਰਹਿੰਦੇ ਹੋ ਫਰਿੰਜ ਨੂੰ? ਹਾਂਜੀ। ਕਿਹੜਾ ਏਰੀਆ ਪੰਜਾਬ ਤੋਂ? ਸੇਮ। ਅੱਛਾ ਜੀ, ਇੱਕ ਸਵਾਲ ਪੁੱਛਾਂ ਮੈਂ, ਮੈਨੂੰ ਕਿਸੇ ਨੇ ਕਿਹਾ ਸੀ ਪੁੱਛਣ ਨੂੰ, ਮੈਂ ਨਹੀਂ ਪੁੱਛਦਾ, ਮੈਨੂੰ ਉਹ ਕੈਮਰੇ ਵਾਲੇ ਭਾਈ ਨੇ ਕਿਹਾ ਸੀ, ਮਤਲਬ ਜਿਹੜਾ ਕੈਮਰਾ ਚਲਾ ਰਿਹਾ ਸਾਡਾ ਡਾਇਰੈਕਟਰ ਵੀ ਉਹੀ ਹੈ, ਉਹ ਕਹਿੰਦਾ ਪੁੱਛੋ ਚੁਗਲੀਆਂ ਜਿਹੜੀਆਂ ਜਨਾਨੀਆਂ ਜ਼ਿਆਦਾ ਕਰਦੀਆਂ ਕਿ ਬੰਦੇ ਜ਼ਿਆਦਾ ਕਰਦੇ? ਚਲੋ ਖੈਰ। ਹਾਂਜੀ, ਇੰਦਰ ਸਾਹਿਬ, ਤੁਹਾਡੇ ਨਾਲ ਗੱਲਬਾਤ ਹੋ ਗਈ ਹੈ? ਸਤਿ ਸ਼੍ਰੀ ਅਕਾਲ ਜੀ, ਕਿਦਾਂ? ਵਧੀਆ, ਤੁਸੀਂ ਸੁਣਾਓ? ਵਾਹ ਜੀ ਵਾਹ, ਵਾਹ, ਹੇਅਰ ਸਟਾਈਲ ਬੜਾ ਘੈਂਟ ਹੈ। ਬਹੁਤ ਮਹਿੰਗਾ ਜੀ ਇੱਥੇ ਹੇਅਰ ਸਟਾਈਲ। ਮਹਿੰਗਾ? ਹਾਂਜੀ। ਅੱਛਾ, ਤੇ ਦੂਜਾ ਸਿੱਧਾ ਰੱਖੋ ਹੇਅਰ ਸਟਾਈਲ ਮਹਾਤਮਾ ਗਾਂਧੀ ਸਟਾਈਲ, ਉਹ ਲਾਈਕ ਨਹੀਂ ਕਰਦੇ ਜੀ ਅਸੀਂ ਆਪ ਹੀ। ਲਾਈਕ ਨਹੀਂ ਕਰਦੇ? ਹਾਂਜੀ। ਹਾਂਜੀ, ਤੁਹਾਡਾ ਕਿਹੜਾ ਡਿਪਾਰਟਮੈਂਟ? ਮੇਰਾ ਆਟੋ ਐਂਡ ਹੋਮ ਡਿਪਾਰਟਮੈਂਟ ਹੈ ਜੀ। ਆਟੋ? ਹਾਂਜੀ, ਜਿਹੜੀਆਂ ਗੱਡੀਆਂ ਦਾ ਤੇ? ਹਾਂਜੀ, ਗੱਡੀਆਂ ਦਾ, ਘਰਾਂ ਦਾ, ਤੇ ਉਸ ਤੋਂ ਉੱਪਰ ਜੇ ਆਪਾਂ ਕਵਰ ਕਰਾਉਣਾ ਅੰਬਰੇਲਾ ਪਾਲਿਸੀ, ਸਾਰਾ ਕਵਰ ਕਰਾਂਗੇ। ਅੰਬਰੇਲਾ? ਹਾਂਜੀ। ਉਹ ਕੀ? ਉਹ ਆਪਣੀ ਕੀ ਇੱਕ ਲਿਮਿਟ ਹੁੰਦੀ ਆ ਆਟੋ ਐਂਡ ਹੋਮ ਤੇ ਕਵਰ ਕਰਨ ਦੀ, ਜਿਹੜੀ ਮੈਕਸੀਮਮ ਲਿਮਿਟ ਹੁੰਦੀ ਆ, ਮੋਸਟ ਆਫ ਦਾ ਕੰਪਨੀ 2.5 ਲੱਖ ਤੋਂ 5 ਲੱਖ ਤੱਕ ਕਰਦੀਆਂ ਹੁੰਦੀਆਂ ਨੇ ਜੇ ਕੋਈ ਆਪਣਾ ਕਲੇਮ ਹੋਏਗਾ। ਸੋ ਜੇ ਉਸ ਤੋਂ ਉੱਪਰ ਜਾਣਾ ਹੁੰਦਾ ਆਪਣੇ ਮਿਲੀਅਨਸ ਤੱਕ ਦਾ ਕਵਰ ਜਿਹੜਾ ਕਰਦੀ ਆ, ਉਹ ਆਪਣੀ ਅੰਬਰੇਲਾ ਪਾਲਿਸੀ ਕਵਰ ਕਰਦੀ ਆ। ਛਤਰੀ, ਮਤਲਬ ਛਤਰੀ ਦੇ? ਛਤਰੀ ਪਾਲਿਸੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸੋਚ ਰਹੇ ਵੀ ਗਾਣਾ ਕਿਹੜਾ ਸੁਣੋ? ਹਾਂਜੀ, ਨਾਮ ਕੀ ਤੁਹਾਡਾ? ਰਾਜ। ਰਾਜ, ਤੁਹਾਡਾ ਕਿਹੜਾ ਹੈਗਾ ਡਿਪਾਰਟਮੈਂਟ? ਆਟੋ ਐਂਡ ਹੋਮ। ਇਹ ਵੀ ਤੁਹਾਡਾ ਵੀ ਹੈ? ਤਾਂ ਹੀ ਨੇੜੇ ਨੇੜੇ ਬੈਠੇ ਆ। ਵੈਰੀ ਗੁੱਡ। ਤੇ ਉਹ ਜਿੱਦਾਂ ਇੰਡੀਆ 'ਚ ਹੋ ਜਾਂਦਾ ਕਿ ਵੈਸੇ ਇੰਸ਼ੋਰੈਂਸ ਕਰਾਉਂਦੇ ਨਹੀਂ, ਕਹਿੰਦੇ ਕੀ ਲੋੜ ਆ, ਪੁਲਿਸ ਵਾਲਿਆਂ ਨੂੰ 50 ਰੁਪਏ ਦੇ ਕੇ ਲੰਘ ਜਾਂਦੇ ਆ, ਅਤੇ ਬਾਅਦ 'ਚ ਕਹਿੰਦੇ ਜੀ ਬਾਅਦ 'ਚ ਕਰਾ ਲਈਏ। ਚੱਲ ਕੋਈ ਨਹੀਂ, ਜਦੋਂ ਪੰਗਾ ਪੈ ਗਿਆ ਕੋਈ ਹੁਣ ਕਰਾ ਲੈਂਦੇ, ਕਿਸੇ ਨੂੰ ਮਿੰਨਤ ਤਰਲਾ ਕਰਕੇ ਕਹਿੰਦੇ ਯਾਰ ਬੈਕ ਡੇਟ 'ਚ ਕਰਦੇ, ਇੱਧਰ ਤਾਂ ਨਹੀਂ ਇੱਦਾਂ ਹੁੰਦਾ? ਨਹੀਂ ਜੀ, ਇੱਦਾਂ ਨਹੀਂ ਹੁੰਦਾ ਇੱਥੇ, ਇੱਧਰ ਬਿਲਕੁਲ ਸਹੀ ਹੋ ਰਿਹਾ। ਹਾਂਜੀ, ਠੀਕ ਹੈ ਜੀ। ਤੁਹਾਡਾ ਕਿਹੜਾ ਏਰੀਆ ਪੰਜਾਬ? ਜਲੰਧਰ। ਜਲੰਧਰ? ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਨਾਮ? ਕਿਰਨਦੀਪ। ਕਿਰਨਦੀਪ? ਹਾਂਜੀ। ਤੁਹਾਡਾ ਵੀ ਡਿਪਾਰਟਮੈਂਟ ਹੀ ਹੈ ਕੋਈ? ਹਾਂਜੀ, ਟਰੈਕਿੰਗ ਰਿਨਿਊਅਲ। ਟਰੈਕਿੰਗ ਹੀ ਹੈ? ਹਾਂਜੀ। ਵਾਹ ਜੀ ਵਾਹ, ਬੜਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਰਵਿੰਦਰ ਕੌਰ। ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਚੁਗਲੀਆਂ ਦੀ ਗੱਲ ਚੱਲੀ ਸੀ, ਚੁਗਲੀਆਂ ਦੀ ਗੱਲ ਚੱਲੀ। ਤੁਹਾਨੂੰ ਬਹੁਤ ਅੱਛਾ ਲੱਗਾ ਇੱਥੇ? ਬਹੁਤ ਕਰਦੇ ਜੀ। ਅੱਛਾ, ਬਹੁਤ ਅੱਛਾ ਲੱਗਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਨਾਮ ਦੱਸ ਦਿਓ ਜੀ। ਰਾਜਿੰਦਰ ਕੌਰ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਜਗਦੀਪ ਸਿੰਘ ਬਾਰੇ? ਹਾਂਜੀ ਹਾਂਜੀ ਭਾਜੀ, ਬਹੁਤ ਵਧੀਆ, ਤਰੱਕੀਆਂ ਕਰੇ, ਮਾਲਕ ਇਹਨਾਂ ਨੂੰ ਤੰਦਰੁਸਤੀ ਦੇਵੇ। ਮੈਂ ਇਹਦੀ ਮੰਮੀ ਹਾਂ।
ਉਹ ਅੱਛਾ ਫਿਰ ਤੁਹਾਨੂੰ ਤਾਂ ਮੈਂ ਇਹ ਦੱਸੋ ਬਚਪਨ 'ਚ ਕਿੰਨੇ ਕੁ ਸ਼ਰਾਰਤੀ ਸੀ ਇਹ ਨਾ ਇਹ ਸ਼ੁਰੂ ਤੋਂ ਹੀ ਵਿਚਾਰਾ ਇਦਾਂ ਦਾ ਹਾਂ ਸਾਊ ਬਹੁਤ ਸ਼ੁਰੂ ਬਹੁਤ ਕੰਮ ਕਰਿਆ ਇਹਨੇ ਵਿਚਾਰਾ ਹਾਂ ਨਹੀਂ ਕੰਮ ਬਹੁਤ ਕਰਿਆ ਵੈਸੇ ਵੀ ਸਾਊ ਨੇ ਹਾਂਜੀ ਮੈਨੂੰ ਪਤਾ ਕੀ ਲੱਗਿਆ ਸੀ ਹਾਂ ਮੈਨੂੰ ਲੱਗਿਆ ਸੀ ਸ਼ਾਇਦ ਵਿਆਹ ਤੋਂ ਬਾਅਦ ਸਾਊ ਹੋਏ ਨੇ ਨਹੀਂ ਪਹਿਲਾਂ ਸ਼ਰਾਰਤੀ ਹੋਣਗੇ ਸ਼ੁਰੂ ਤੋਂ ਹੀ ਨਾਈਸ ਹੈ ਸ਼ੁਰੂ ਤੋਂ ਹੀ ਨਾਈਸ ਮੈਂ ਵਿਆਹ ਤੋਂ ਬਾਅਦ ਸਾਊ ਹੋਇਆ ਸੀ ਪਹਿਲਾਂ ਉਹ ਅੱਛਾ ਜੀ ਚਲੋ ਥੈਂਕ ਯੂ ਜੀ ਥੈਂਕ ਯੂ ਹਾਂਜੀ ਇੱਧਰ ਆ ਜਾਓ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਮਿੰਟ ਬੰਗੜ ਸਾਹਿਬ ਪਿੱਛੇ ਦੀ ਜਾਂਦਾ ਇੱਧਰੋਂ ਕੋਈ ਨਹੀਂ ਥੋੜ੍ਹਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹਿ ਜਾਓ ਜੀ ਇੱਥੇ ਹਾਂਜੀ ਗੁੱਸਾ ਨਹੀਂ ਕਰਨਾ ਅੱਛਾ ਕੀ ਨਾਮ ਤੁਹਾਡਾ ਪ੍ਰਿਆ ਮੇਰੇ ਖਿਆਲ ਤੁਸੀਂ ਕਵਰ ਹੋ ਰਹੇ ਖੜੇ ਹੋ ਜਾਓ ਤੁਸੀਂ ਵੀ ਤਾਸੂ ਤੋਣਾ ਹਾਂ ਹੁਣ ਠੀਕ ਹੈ ਪ੍ਰਿਆ ਜੀ ਹਾਂਜੀ ਉਹ ਜਿਹੜਾ ਉਹ ਪ੍ਰਿਆ ਗਾਣਾ ਹਿੰਦੀ ਦਾ ਫਿਲਮ ਦਾ ਬਣਿਆ ਤੁਹਾਡੇ ਤੇ ਬਣਿਆ ਉਹੀ ਮੇਰੇ ਤੇ ਬਣਿਆ ਕਿੱਦਾਂ ਗਾਣਾ ਹੋ ਹੁੰਦਾ ਤੁਹਾਨੂੰ ਹਾਂਜੀ ਕਿਹੜਾ ਕਿਹੜਾ ਉਹ ਪ੍ਰਿਆ ਸੁਣੋ ਪ੍ਰਿਆ ਬਸ ਇੰਨਾ ਹੀ ਪਤਾ ਨਹੀਂ ਬੜਾ ਵਧੀਆ ਤੇ ਤੁਸੀਂ ਇੱਥੋਂ ਹੀ ਹਾਂਜੀ ਤੇ ਇੱਥੇ ਇੱਥੇ ਤੁਸੀਂ ਤਿਸਤਰ ਕਰਦੇ ਜਾਓ ਨਹੀਂ ਕਰਦੀ ਇੱਥੇ ਪਰ ਤੁਹਾਨੂੰ ਦਿਨੇ ਦੇਖਿਆ ਤਾਂ ਹੈ ਨਹੀਂ ਹਾਂਜੀ ਮੈਂ ਬਸ ਅੱਜ ਆਈ ਨਹੀਂ ਲਓ ਜੀ ਨਾ ਹੀ ਮੈਂ ਹੁਣ ਆ ਗਈ ਜਿੱਦੀ ਭਾਜੀ ਜੁਰਮਾਨਾ ਲੱਗਣਾ ਚਾਹੀਦਾ ਪੱਕਾ ਅੱਛਾ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਮੈਂ ਫਰੰਟ ਡੈਸਕ ਤੇ ਹੁੰਨੀ ਆ ਅੱਛਾ ਜੀ ਹਾਂ ਠੀਕ ਹੈ ਤੁਹਾਨੂੰ ਫਰੰਟ ਡੈਸਕ ਤੇ ਦੇਖਿਆ ਸੀ ਮੈਂ ਤਾਂ ਪਛਾਣਿਆ ਹੀ ਨਹੀਂ ਮੈਂ ਤਾਂ ਫਿਰ ਮਿਲਿਆ ਤੁਹਾਨੂੰ ਅੱਜ ਮੈਂ ਥੋੜਾ ਤਿਆਰ ਹੋ ਗਈ ਤਿਆਰ ਹੋ ਗਿਆ ਦੇਖੋ ਆਹ ਪੰਗਾ ਜੀ ਹਾਂਜੀ ਹਾਂਜੀ ਮਤਲਬ ਤਿਆਰ ਹੋਣ ਵੇਲੇ ਤਾਂ ਉਦਾਂ ਫਰਕ ਨਹੀਂ ਤੁਸੀਂ ਉਦਾਂ ਵੀ ਸੋਹਣੇ ਲੱਗਦੇ ਥੈਂਕ ਯੂ ਹਾਂ ਉਦਾਂ ਵੀ ਸੋਹਣੇ ਲੱਗਦੇ ਤੇ ਅੱਛਾ ਪ੍ਰਿਆ ਜੀ ਕਿਸ ਤਰ੍ਹਾਂ ਦੇ ਕਸਟਮਰ ਆਉਂਦੇ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਕੋਈ ਇਹੋ ਜਿਹਾ ਲੱਗਿਆ ਹੋਵੇ ਵੀ ਕਸਟਮਰ ਕਿਤੇ ਹੋਰ ਤਰ੍ਹਾਂ ਡੀਲ ਕਰਦੇ ਹੋ ਕਿਦਾਂ ਨਹੀਂ ਜੀ ਵਧੀਆ ਕਸਟਮਰ ਆਉਂਦੇ ਆ ਵਧੀਆ ਡੀਲ ਕਰਦੇ ਆ ਸਾਡੇ ਨਾਲ ਸਾਰੇ ਨਾਲ ਵਧੀਆ ਰਿਸਪੌਂਸ ਹੈਗਾ ਆ ਹਾਲੇ ਤੱਕ ਤਾਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਲੈ ਕੇ ਆਉਂਦੇ ਹਾਲੇ ਤੱਕ ਤਾਂ ਮਤਲਬ ਜਿਹੜੀਆਂ ਡਿਪਾਰਟਮੈਂਟ ਦੇ ਰਿਲੇਟਡ ਕੋਈ ਸਮੱਸਿਆ ਹੁੰਦੀਆਂ ਉਹ ਆਪਣੀਆਂ ਇੱਥੇ ਸੋਲਵ ਹੋ ਜਾਂਦੀਆਂ ਮਤਲਬ ਉਦਾਂ ਕੋਈ ਹੈ ਨਹੀਂ ਕੋਈ ਪ੍ਰੋਬਲਮ ਬਾਕੀ ਸਾਰੇ ਕਲਾਇੰਟ ਬਹੁਤ ਹੈਪੀ ਕਲਾਇੰਟ ਆ ਠੀਕ ਹੈ ਜੀ ਹੁਣ ਜਿੱਥੇ ਤੁਹਾਡੇ ਵਰਗਾ ਸਟਾਫ ਹੋਵੇ ਤਾਂ ਕਲਾਇੰਟ ਨੇ ਹੈਪੀ ਹੋਣਾ ਜਗਦੀਪ ਸਿੰਘ ਵਰਗੇ ਹੈਡ ਆ ਬਸ ਜਗਦੀਪ ਭਾਈ ਦਾ ਮਤਲਬ ਕਹਿੰਦੇ ਵੀ ਜੇ ਦੇਖ ਕੇ ਫੇਸ ਜੇ ਇੰਜਨ ਵਧੀਆ ਨਾ ਰੇਲ ਗੱਡੀ ਦਾ ਤੇ ਫਿਰ ਜਿੰਨੇ ਮਰਜ਼ੀ ਡੱਬੇ ਲਾ ਦੋ ਵਧੀਆ ਉਹ ਖਿੱਚੀ ਜਾਣਾ ਤੇ ਜਗਦੀਪ ਸਿੰਘ ਹੁਣਾਂ ਦਾ ਸੁਭਾਅ ਬਹੁਤ ਵਧੀਆ ਤੁਹਾਡੇ ਸਾਰੇ ਸਟਾਫ ਦਾ ਸੁਭਾਅ ਬਹੁਤ ਵਧੀਆ ਠੀਕ ਹੈ ਜੀ ਬੈਠੋ ਜੀ ਤੁਸੀਂ ਥੈਂਕ ਯੂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਡਾਕਟਰ ਪ੍ਰਤਾਪ ਮੇਰਾ ਨਾਂ ਜੀ ਬੱਬੀ ਬੱਬੀ ਹਾਂਜੀ ਵਾਜੀ ਹਾਂਜੀ ਤੇ ਜਦੋਂ ਮੇਰਾ ਭਰਾ ਜੀ ਇੱਕ ਸਾਹਿਬ ਦਾ ਜੀ ਇੱਕ ਸਾਹਿਬ ਦਾ ਕਿਹੜਾ ਭਰਾ ਹੋਇਆ ਵੀ ਪੂਰਾ ਜਾਣ ਕੇ ਸਾਹਿਬ ਦਾ ਕਿਹੜਾ ਭਰਾ ਹੋ ਜਾ ਕੇ ਬਣੇ ਕਦੇ ਜਾਂ ਕਿ ਭਰਾ ਜੀ ਪੂਰਾ ਜਾਣ ਕੇ ਤੁਹਾਨੂੰ 18 ਸਾਲ ਹੋ ਗਏ ਇਕੱਠੇ ਨੂੰ ਅੱਛਾ ਅੱਛਾ ਹਾਂਜੀ ਉਹ ਇੱਕ ਪੱਗ ਵੱਟ ਭਰਾ ਨਹੀਂ ਪੱਗ ਵੱਟ ਜੀ ਪੱਗ ਵੱਟ ਕੀ ਕਹਿੰਦੇ ਹੁੰਦੇ ਫਰੈਂਡ ਹੁੰਦੇ ਬਚਪਨ ਦੇ ਲੰਗੋਟੀਆ ਲੰਗੋਟੀਆ ਹਾਂਜੀ ਪੰਜਾਬੀ ਤੇ ਮੈਂ ਟਰੱਕ ਚਲਾਉਣਾ ਜੀ ਅੱਛਾ ਜੀ ਹਾਂਜੀ ਤੇ ਇੰਸ਼ੋਰੈਂਸ ਵਗੈਰਾ ਇੱਥੋਂ ਕਰਾਉਣਾ ਹਾਂਜੀ ਤੁਸੀਂ 18 ਸਾਲ ਹੋ ਗਏ ਵਾਹ ਜੀ ਵਾਹ ਚਲੋ ਬੜੀ ਮਿਹਰਬਾਨੀ ਜੀ ਥੈਂਕ ਯੂ ਲਓ ਜੀ ਸਮਾਂ ਵੀ ਭੱਜਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਰ ਕੀ ਸੋਚੀ ਜਾਂਦੇ ਹੋ ਵਾਹ ਅਸੀਂ ਕੀ ਸੋਚਣਾ ਜੀ ਹਾਂਜੀ ਤੁਸੀਂ ਵੀ ਇੱਥੇ ਸਾਰਿਆਂ ਦਾ ਧਿਆਨ ਰੱਖਦੇ ਹੋ ਹਾਂਜੀ ਹਾਂਜੀ ਵਾਹ ਬੱਚਿਆਂ ਦਾ ਖਿਆਲ ਰੱਖੀਦਾ ਰੋਟੀ ਪਾਣੀ ਲਿਆਈਦਾ ਵਾ ਸੇਵਾ ਕਰਦੇ ਦੀ ਨਹੀਂ ਬੱਚਿਆਂ ਦੀ ਹੋਰ ਆਪਾਂ ਕੀ ਕਰਨਾ ਤੇ ਪਿੰਡ ਫੇ ਜਾਂਦੇ ਰਹਿੰਦੇ ਪਿੰਡ ਤੋਂ ਪਿੰਡ ਜਾਈਦਾ 2 ਸਾਲ ਬਾਅਦ ਗਿੜਾ ਮਾਰੇਈਦਾ ਠੀਕ ਹੈ ਜੀ ਹਾਂਜੀ ਤੇ ਇਹ ਵੈਸੇ ਗਾਣਾ ਮੈਨੂੰ ਚੇਤੇ ਆ ਰਿਹਾ ਉਹ ਪਾਕਿਸਤਾਨੀ ਤਿੱਖੀਆਂ ਜੋ ਤਲਵਾਰ ਸ਼ਰਾਬੀ ਮੁੱਛਾਂ ਬਹੁਤ ਵਧੀਆ ਇਹ ਸ਼ੌਕ ਹੁੰਦਾ ਜੀ ਹਾਂ ਜੀ ਹਾਂ ਸ਼ੌਕ ਹੁੰਦਾ ਕਹਿੰਦੇ ਵੀ ਇਸ ਤਰ੍ਹਾਂ ਦਾ ਮੁੱਛਾਂ ਵਗੈਰਾ ਟੌਰ ਬਹੁਤ ਸੋਹਣੀਆਂ ਲੱਗਦੀਆਂ ਮੁੱਛਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਫੱਬ ਰਹੇ ਹੋ ਬੜੀ ਮਿਹਰਬਾਨੀ ਜੀ ਥੈਂਕ ਯੂ ਬਹੁਤ ਮਿਹਰਬਾਨੀ ਸਭ ਦੀ ਬਹੁਤ ਬਹੁਤ ਧੰਨਵਾਦ ਸਭ ਦਾ ਹਾਂਜੀ ਇੱਧਰ ਨਹੀਂ ਮੈਂ ਤੋਂ ਹੁਣ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਗੱਲਬਾਤ ਜਿਹੜੀ ਹੋਈ ਜਗਦੀਪ ਭਾਅ ਜੀ ਆ ਜਾਓ ਇੱਥੇ ਆ ਜਾਓ ਸਾਰੇ ਜਣੇ ਖੜ੍ਹੇ ਹੋ ਜਾਓ ਸਾਰੇ ਜਣੇ ਆਪਾਂ ਕੈਮਰੇ ਦੇ ਵਿੱਚ ਆਉਂਦੇ ਹਾਂ ਬਹੁਤ ਬਹੁਤ ਸਭ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਇੱਕ ਜ਼ੋਰਦਾਰ ਤਾੜੀ ਆਪਣੇ ਆਪ ਦੇ ਨਾਂ ਤੇ ਜਗਦੀਪ ਭਾਅ ਜੀ ਵੈਸੇ ਤਾਂ ਆਪਣਾ ਜਿਹੜਾ ਹੈਗਾ ਕੈਲੀਫੋਰਨੀਆ ਦੀ ਗੱਲ ਆਪਾਂ ਕਰਦੇ ਹਾਂ ਕਵਰਡ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਪਰ ਆਪਣਾ ਪ੍ਰੋਗਰਾਮ ਜਿਹੜਾ ਇਹ ਪੂਰੀ ਦੁਨੀਆ ਵਿੱਚ ਦੇਖ ਰਹੇ ਨੇ ਲੋਕ ਯੂਟਿਊਬ ਦੇ ਜ਼ਰੀਏ ਵੀ ਦੇਖ ਰਹੇ ਨੇ ਅਤੇ ਆਪਣਾ ਜਸ ਪੰਜਾਬੀ ਦੇ ਜ਼ਰੀਏ ਵੀ ਦੇਖ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਈਵਨ ਇਨ ਇੰਡੀਆ ਕੀ ਸੁਨੇਹਾ ਦੇਣਾ ਚਾਹੁੰਦੇ ਅਖੀਰ ਦੇ ਵਿੱਚ ਜਗਤਾਰ ਭਾਅ ਜੀ ਸੁਨੇਹਾ ਇਹੀ ਆ ਵੀ ਆਪਣੇ ਸਹੀ ਤਰੀਕੇ ਦੇ ਨਾਲ ਕਮਾਈ ਹੋਈ ਰੋਟੀ ਦਾ ਸਵਾਦ ਹੀ ਵੱਖਰਾ ਹੁੰਦਾ ਠੀਕ ਹੈ ਜੀ ਅਤੇ ਹਮੇਸ਼ਾ ਸੱਚ ਦੀ ਕਮਾਈ ਕਰੋ ਅਤੇ ਸਭ ਨਾਲ ਪਿਆਰ ਕਰੋ ਅਤੇ ਮੇਰਾ ਤਾਂ ਜੀ ਇਹੀ ਸੁਨੇਹਾ ਸਿੰਪਲ ਜਿਹਾ ਕੰਮ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅਤੇ ਜੇ ਕੁਝ ਲੋਕ ਤੁਹਾਡਾ ਅੱਜ ਆਪਣਾ ਇਹ ਪ੍ਰੋਗਰਾਮ ਦੇਖ ਕੇ ਇਸ ਬਿਜ਼ਨਸ ਨੂੰ ਅਡੋਪਟ ਕਰਨਾ ਚਾਹੁੰਦੇ ਇਸ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਹੋਣ ਇੰਸ਼ੋਰੈਂਸ ਵਾਲੇ ਦੇ ਉਹਨਾਂ ਵਾਸਤੇ ਕੀ ਤੁਸੀਂ ਟਿਪ ਦੇਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਵਾਸਤੇ ਇਹੀ ਹੈ ਜੀ ਹਮੇਸ਼ਾ ਇਹ 'ਚ ਨਾ ਬੜੀ ਦੋਧਾਰੀ ਤਲਵਾਰ ਹੈ ਜੀ ਇਹਦੇ ਵਿੱਚ ਹਰ ਕੰਮ ਨਾ ਤੁਹਾਨੂੰ ਧਿਆਨ ਨਾ ਕਰਨਾ ਪੈਂਦਾ ਬਸ ਇਹੀ ਹੈ ਜੀ ਵੀ ਸਹੀ ਢੰਗ ਦੇ ਨਾਲ ਕੰਮ ਕਰੋ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦਿਓ ਅਤੇ
ਤੇ ਇੱਕ ਆਖਰੀ ਸਵਾਲ ਹੋਰ ਸਾਡੇ ਦਰਸ਼ਕਾਂ ਵਾਸਤੇ ਤੇ ਮੇਰੇ ਵਾਸਤੇ ਵੀ ਸਾਡੇ ਸਾਰਿਆਂ ਵਾਸਤੇ। ਹੈਲਥ ਇੰਸ਼ੋਰੈਂਸ ਦੀ ਅਸੀਂ ਗੱਲ ਕੀਤੀ ਹੈ, ਹਾਂਜੀ, ਲਾਈਫ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਹੈ? ਲਾਈਫ ਇੰਸ਼ੋਰੈਂਸ ਦੇਖੋ ਜੀ, ਜਿਹੜਾ ਬੰਦਾ ਇੱਥੇ ਆਪ ਘਰ ਦਾ ਮੇਨ ਬ੍ਰੈਡ ਵਿਨਰ ਆ ਜਿਹਨੂੰ ਕਹਿੰਦੇ ਆ, ਅਤੇ ਹਮੇਸ਼ਾ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਘੱਟੋ ਘੱਟ ਇੱਕ ਉਹ ਬੰਦਾ ਜ਼ਰੂਰ ਪ੍ਰੋਟੈਕਟਿਵ ਹੋਏ। ਮੰਨ ਲਓ ਜੇ ਉਹ ਬੰਦਾ ਕੱਲ੍ਹ ਨੂੰ ਪਿਕਚਰ ਦੇ ਵਿੱਚ ਉੱਡ ਜਾਂਦਾ ਤਾਂ ਘਰ ਦੇ ਉਸੇ ਤਰ੍ਹਾਂ ਉਸ ਘਰ 'ਚ ਬੈਠੇ ਰਹਿ ਜਾਣ, ਠੀਕ ਹੈ ਜੀ, ਅਤੇ ਉਹ ਉਸੇ ਤਰ੍ਹਾਂ ਰੋਟੀ ਪਾਣੀ ਖਾਂਦੇ ਰਹਿਣ, ਠੀਕ ਹੈ ਜੀ। ਸੋ ਉਸ ਬੰਦੇ ਦੀ ਸਿਕਿਉਰਿਟੀ ਲਈ, ਤਾਂ ਕਿ ਜੇ ਉਹਦੀ ਇਨਕਮ ਕਿਤੇ, ਜੇ ਉਹ ਬੰਦੇ ਨੂੰ ਕੁਛ ਹੋ ਜਾਂਦਾ ਤਾਂ ਉਹਦੀ ਇਨਕਮ ਰਿਪਲੇਸਮੈਂਟ ਜਿੰਨੀ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਹੀ ਜ਼ਰੂਰੀ ਹੈ ਇਸ ਮੁਲਕ ਦੇ ਵਿੱਚ। ਜੀ ਵੈਸੇ ਬਿਲਕੁਲ ਇਹ ਤੁਹਾਡੀ ਸਹੀ ਗੱਲ ਹੈ। ਮੈਂ ਇਹ ਕਈ ਚੀਜ਼ਾਂ ਨਾ ਇੱਦਾਂ ਮਿਲ ਕੇ ਪਤਾ ਲੱਗਦੀਆਂ ਗੱਲਾਂ ਬਾਤਾਂ ਤੋਂ। ਈਵਨ ਮੈਂ ਵੀ ਅੱਜ ਅਸੀਂ ਗੱਲਬਾਤ ਕਰਕੇ ਜਾਂ ਪਹਿਲਾਂ ਇੱਕ ਅੱਧੀ ਵਾਰੀ ਚੱਕਰ ਲੱਗਿਆ ਤੁਹਾਡੇ ਸਟਾਫ ਨਾਲ ਗੱਲਬਾਤ ਕਰਕੇ ਬੜਾ ਕੁਛ ਸਿੱਖਣ ਨੂੰ ਮਿਲਿਆ ਔਰ ਲੱਗਿਆ ਵੀ ਇਹ ਚੀਜ਼ਾਂ ਜ਼ਰੂਰੀ ਨੇ। ਸੋ ਅਖੀਰ ਦੇ ਵਿੱਚ ਅਸੀਂ ਕਵਰਡ ਕੈਲੀਫੋਰਨੀਆ ਬਾਰੇ ਇੱਕ ਵਾਰ ਫਿਰ ਜ਼ਰੂਰ ਜ਼ਿਕਰ ਕਰਾਂਗੇ, ਕਿਉਂਕਿ ਕਵਰਡ ਕੈਲੀਫੋਰਨੀਆ ਇੱਕ ਐਸਾ 2020 ਦੇ ਵਿੱਚ ਇੱਕ ਐਸੀ ਸਟੇਜ 'ਤੇ ਆ ਰਿਹਾ ਕਿ ਅਗਰ ਅਸੀਂ ਉਹ ਨਹੀਂ ਕਰਾਉਂਦੇ ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਨਹੀਂ ਕਰਾਉਂਦੇ ਤਾਂ ਉਹ ਇੱਕ ਪੰਗਾ ਖੜਾ ਹੋ ਸਕਦਾ। ਕਵਰਡ ਕੈਲੀਫੋਰਨੀਆ ਅਸੀਂ ਗੱਲ ਕਰ, ਤੁਸੀਂ ਗੱਲ ਕੀਤੀ ਹੈ 18,000 ਤੋਂ ਲੈ ਕੇ 75,000 ਤੱਕ ਸਿੰਗਲ ਬੰਦਾ ਜੀ, ਸਿੰਗਲ ਬੰਦਾ ਉਹ ਕਵਰ ਹੈਗਾ ਇਹਦੇ ਵਿੱਚ। ਤੇ ਜੇ ਕਿਸੇ ਦੀ ਇਨਕਮ, ਜੇ ਕੋਈ ਹੋਰ ਇੰਸ਼ੋਰੈਂਸ ਕਰਾਉਂਦਾ ਜਾਂ ਹੋਰ ਕਰਾਉਂਦਾ ਕਵਰਡ ਕੈਲੀਫੋਰਨੀਆ ਨਹੀਂ, ਤਾਂ ਹੋਰ ਵੀ ਇੰਸ਼ੋਰੈਂਸਾਂ ਮੌਜੂਦ ਹੈਗੀਆਂ ਕਵਰਡ ਕੈਲੀਫੋਰਨੀਆ ਤੋਂ ਇਲਾਵਾ। ਇਹ ਸਰਕਾਰੀ ਹੈ, ਉਹਦਾ ਵੀ ਹੈਗੀਆਂ? ਉਹਦਾ ਵੀ, ਹਾਂਜੀ ਹਾਂ ਬਿਲਕੁਲ। ਜਿਵੇਂ ਕਈ ਵਾਰੀ ਆਪਾਂ ਕੋਈ ਜੋਬ ਕਰਦੇ ਹਾਂ, ਆਪਾਂ ਨੂੰ ਜੋਬ ਦੇ ਥਰੂ ਵੀ ਬੈਨੀਫਿਟਸ ਮਿਲ ਜਾਂਦੇ ਨੇ ਵੀ ਉਹ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕਰ ਦਿੰਦੇ ਆ। ਜੇਕਰ ਤੁਸੀਂ ਸੈਲਫ ਇੰਪਲੋਇਡ ਹੋ, ਫਿਰ ਤੁਹਾਡੇ ਕੋਲ ਕੋਈ ਬਹੁਤੀਆਂ ਆਪਸ਼ਨ ਨਹੀਂ ਹੈ ਅਤੇ ਤੁਹਾਡੀ ਇਨਕਮ ਜ਼ਿਆਦਾ ਹੈ, ਫਿਰ ਤੁਹਾਨੂੰ ਇਹ ਜਾਂ ਤਾਂ ਇਹਦੇ ਥਰੂ ਇੰਸ਼ੋਰੈਂਸ ਲੈਣੀ ਪਏਗੀ ਕਵਰਡ ਕੈਲੀਫੋਰਨੀਆ ਥਰੂ, ਜਾਂ ਪ੍ਰਾਈਵੇਟ ਇੰਸ਼ੋਰੈਂਸ ਲੈਣੀ ਪਏਗੀ ਆਪਦੀ ਫੁੱਲ ਪ੍ਰਾਈਸ ਦੇ ਉੱਤੇ ਬਿਨਾਂ ਸਬਸਿਡੀ ਤੋਂ। ਜੀ, ਅਤੇ 15 ਜਨਵਰੀ ਤੋਂ ਬਾਅਦ ਕੋਈ ਹੀਲਾ ਨਹੀਂ? 15 ਜਨਵਰੀ ਤੋਂ ਬਾਅਦ ਮਤਲਬ ਇਹੀ ਹੈ, ਅਗਰ ਤੁਸੀਂ ਨਹੀਂ ਕਰਾਉਂਦੇ ਤਾਂ ਤੁਹਾਨੂੰ ਇੱਕ ਤਾਂ ਨੈਗੇਟਿਵ ਪੁਆਇੰਟ ਇਹ ਹੈ ਕਿ ਹੋਸਪਿਟਲ ਜਾਂਦੇ ਹਾਂ ਤਾਂ ਤੁਹਾਨੂੰ ਬਿੱਲ ਸਾਰਾ ਉਹ ਦੇਣਾ ਪਏਗਾ, ਠੀਕ ਹੈ? ਅਤੇ ਹੋਰ ਵੀ ਕੋਈ ਨੁਕਸਾਨ ਹੈ? ਦੂਜਾ ਇਹੀ ਹੈ ਜੀ ਵੀ ਤੁਹਾਨੂੰ ਸਾਲ ਦੇ ਐਂਡ 'ਤੇ ਜਦੋਂ ਤੁਸੀਂ ਇਨਕਮ ਟੈਕਸ ਭਰਨਾ ਤਾਂ ਉਹਦੇ ਵਿੱਚ ਤੁਹਾਨੂੰ ਕੈਲੀਫੋਰਨੀਆ ਫਰੈਂਚਾਈਜ਼ ਟੈਕਸ ਬੋਰਡ ਵੱਲੋਂ ਇੱਕ ਫਾਈਨ ਲਗਾਇਆ ਜਾਵੇਗਾ ਉਸ ਦੇ ਉੱਤੇ। ਅਤੇ ਸੋ ਇਹ ਦੋ ਹੀ ਚੀਜ਼ਾਂ ਮੇਨ, ਇੱਕ ਆਪਣਾ ਬਿੱਲ ਤੁਹਾਨੂੰ ਆਪ ਦੇਣੇ ਪੈਣੇ ਜੇ ਕੋਈ ਗੱਲਬਾਤ ਹੋ ਜਾਂਦੀ ਹੈ, ਅਤੇ ਦੂਜਾ ਫਾਈਨ। ਹਾਂਜੀ, ਚਲੋ ਜੀ, ਬਹੁਤ ਮਿਹਰਬਾਨੀ ਇੱਕ ਵਾਰ ਫਿਰ ਸਭ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਫਰੈਜ਼ਨੋ ਤੋਂ ਜੇ ਐਸ ਟਰੱਕ ਇੰਸ਼ੋਰੈਂਸ ਜਿਹੜੀ ਕੰਪਨੀ, ਜਗਦੀਪ ਸਿੰਘ ਹੁਣੀ ਮੇਰੇ ਨਾਲ ਖੜ੍ਹੇ ਨੇ, ਬਹੁਤ ਪਿਆਰੇ ਇਨਸਾਨ ਨੇ ਇਹਦੇ। ਚਲੋ ਜਿਹੜਾ ਬੰਦਾ ਜਿੰਨਾ ਚੰਗਾ ਵੀ ਹੁੰਦਾ ਉੱਥੇ ਕੋਈ ਨਾ ਕੋਈ ਜ਼ਿਆਦਾ ਵੈਲਵੇਸ਼ਰ ਵੀ ਕੋਈ ਨਾ ਕੋਈ ਹੁੰਦਾ, ਅਤੇ ਕੋਈ ਗੱਲ ਨਹੀਂ, ਹਰ ਚੀਜ਼ ਦਾ ਹੱਲ ਹੈਗਾ। ਸੋ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ, ਇਹਨਾਂ ਦਾ ਨੰਬਰ ਸਕਰੀਨ 'ਤੇ ਆ ਰਿਹਾ, ਡੇ ਟਾਈਮ 'ਚ ਕਦੇ ਵੀ ਗੱਲਬਾਤ ਕਰਕੇ ਇੰਸ਼ੋਰੈਂਸ ਬਾਰੇ ਗੱਲ ਕਰਨੀ ਤਾਂ ਇਹਨਾਂ ਨੂੰ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ। ਮੇਰਾ ਫੋਨ ਨੰਬਰ ਤੁਹਾਡੇ ਕੋਲ ਹੈਗਾ, ਮੇਰੀ ਈਮੇਲ ਆਈ ਡੀ ਜਿਹੜੀ ਹੈਗੀ ਉਹ ਸਭ ਕੁਝ ਹੈਗੀ ਆ, jaggi@justbroadcasting.com ਜਾਂ ਫਿਰ info@justbroadcasting.com 'ਤੇ ਜਾ ਕੇ ਕੋਈ ਵੀ ਸੁਨੇਹਾ ਦੇ ਸਕਦੇ ਹੋ। ਫੇਸਬੁੱਕ ਵਗੈਰਾ ਹੈ, ਵਟਸਐਪ ਹੈ, ਸਾਰੇ ਟਵਿੱਟਰ ਵਗੈਰਾ ਤੋਂ ਇਲਾਵਾ ਮੇਰਾ ਸੈੱਲ ਨੰਬਰ ਜਿਹੜਾ ਤੁਹਾਡੇ ਕੋਲ ਹੈਗਾ 209-450-3362, ਉਹਤੇ ਵੀ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ, ਇਹਨਾਂ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਜ਼ਰੂਰ ਲੈ ਸਕਦੇ ਹੋ, ਮੈਂ ਹਾਜ਼ਰ ਹਾਂ। ਫਿਲਹਾਲ ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਤੁਹਾਨੂੰ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।